ਤੁਸੀਂ ਹੋਮੋਪੈਥੀ ਦੇ ਡਾਕਟਰ ਹੋ ਇੱਕਦਮ ਵੈਟ ਵਾਲੇ ਪਾਸਿਓਂ ਹੋਮੋਪੈਥੀ ਵਾਲੇ ਪਾਸੇ ਕਿਵੇਂ ਆਏ ਕੁਝ ਇਹਨਾਂ ਦੀਆਂ ਬਿਮਾਰੀਆਂ ਨੇ ਜੀ ਜਿਨ੍ਹਾਂ ਦਾ ਐਲੋਪੈਥੀ 'ਚ ਹੁਣ ਵੀ ਇਲਾਜ ਹੈ ਅਤੇ ਜਦੋਂ ਅਸੀਂ ਆਪਦੇ ਸੀਨੀਅਰ ਕੋਲ ਜਾਣਾ ਜੀ ਵੀ ਸਰ ਇਹਦਾ ਕੀ ਟ੍ਰੀਟਮੈਂਟ ਜੀ ਉਹਨਾਂ ਨੇ ਕਹਿਣਾ ਨੋ ਟ੍ਰੀਟਮੈਂਟ ਇੱਕ ਵਾਰ ਇੱਕ ਸ਼ਰਾਬੀ ਮੇਰੇ ਕੋਲ ਆਇਆ ਕਹਿੰਦਾ ਬਾਈ ਰਾਤ ਸ਼ਰਾਬ ਬਹੁਤੀ ਪੀਤੀ ਗਈ ਸਭ ਤੋਂ ਜਿੱਥੇ ਦਾ ਕਾਰਨ ਬਿੰਦ 'ਚ ਹੀ ਮਿਲ ਜਾਂਦਾ ਜੀ ਬਿਲਕੁਲ ਉੱਥੇ ਗੱਲਾਂ ਕਰਦੇ ਹੀ ਨਹੀਂ ਬਹੁਤੀਆਂ ਲੋੜ ਹੀ ਨਹੀਂ ਪੈਂਦੀ ਇਹ ਗੱਲ ਤਾਂ ਆਪਾਂ ਇਹ ਲੋਕਾਂ ਨੂੰ ਦੱਸਣਾ ਚਾਹੁੰਦੇ ਹਾਂ ਵੀ ਉਹਦਾ ਕਾਜ ਟਰੇਸ ਆਊਟ ਕਰਨ ਦੇ ਲਈ ਜਾਣਾ ਪੈਂਦਾ ਹੋਰ ਕੋਈ ਗੱਲ ਨਹੀਂ ਜਦੋਂ ਉਹਨੇ ਦੱਸਿਆ ਵੀ ਸਿਰ ਦੁਖਦਾ ਪੀਤੀ ਸ਼ਰਾਬ ਆ ਕਾਜ ਉਹਦਾ ਅਲਕੋਹਲ ਬਣ ਗਈ ਨਕਸ ਬੋਮਿਕਾ ਦਿੱਤੀ ਜਦੋਂ ਨੂੰ ਬੰਦਾ ਗੋਲੀ ਖਾਣ ਦੀ ਤਿਆਰੀ ਕਰਦਾ ਗੋਲੀ ਖਾਂਦਾ ਐਲੋਪੈਥੀ ਪਾਣੀ ਨਾਲ ਉਹ ਬਾਅਦ 'ਚ ਅਸਰ ਕਰਦੀ ਆ ਉਦੋਂ ਪਹਿਲਾਂ ਤੋਂ ਮਿੰਟ 'ਚ ਠੀਕ ਹੋ ਡਾਕਟਰ ਸਾਹਿਬ ਜਿਹੜਾ ਤੁਹਾਡਾ ਕਿੱਤਾ ਹੈ ਡਾਕਟਰੀ ਹੋਮੋਪੈਥੀ ਵਾਲੇ ਪਾਸੇ ਇਸ ਪਾਸੇ ਫਿਰ ਉਧਰੋਂ ਕਿਵੇਂ ਮੈਂ ਇਹ ਜੇ ਜਿਹੜੇ ਪੁੱਤਾਂ ਵਾਲੇ ਧੀ ਵਾਲੇ ਤੋਂ ਦਾਜ ਮੰਗਦੇ ਜੀ ਉਹ ਕੁੜੀ ਦੇ ਵੀ ਮਨ 'ਤੇ ਪੈਂਦਾ ਵੀ ਇਹਨਾਂ ਨੇ ਇੰਨੇ ਪੈਸੇ ਮੰਗਦੇ ਉੱਥੇ ਉਹਦੀ ਆਤਮਾ ਨੂੰ ਬਟੇ ਚੜ੍ਹ ਜਦੋਂ ਕੁੜੀ ਨੂੰ ਮਹਿਸੂਸ ਹੁੰਦਾ ਵੀ ਮੈਨੂੰ ਵਧੀਆ ਘਰ ਵਾਲਾ ਮਿਲ ਗਿਆ ਮੇਰੇ ਮਾਂ ਬਾਪ 'ਤੇ 10 ਪੈਸੇ ਨਹੀਂ ਲੱਗਣ ਦਿੱਤੇ ਬਿਲਕੁਲ ਹਾਲਾਂਕਿ ਉਹ ਦੇ ਸਕਦੇ ਸੀ ਸੰਤ ਰਾਮ ਉਦਾਸੀ ਦਾ ਇੱਕ ਗੀਤ ਸੀ ਖਾਲੀ ਪੰਨੇ ਹੋਣੇ ਨਹੀਂ ਵਿਹਾਰ ਮੂੰਹ 'ਚ ਹੱਡ ਦਿੱਤੇ ਬਿਨਾਂ ਪੂੰਜੀਪਤ ਯੁੱਗ ਵਿੱਚ ਦੁਨੀਆਂ ਨੂੰ ਆਉਂਦਾ ਨਾਟਕਾ ਫੁੱਲਾਂ ਨਾਲੋਂ ਹੋਈ ਕੁੜੀ ਪੂੰਜੀਪਤ ਯੁੱਗ ਵਿੱਚ ਜਾਪਦੀ ਏ ਗੱਡੇ ਜਿੰਨਾ ਪਾਰ ਅਸੀਂ ਇਹ ਫੈਸਲਾ ਲਿਆ ਸੀ ਵੀ ਅਸੀਂ ਉਹ ਭਾਰ ਨਹੀਂ ਬਣਦੇ ਹਾਂ ਭਾਰ ਨਹੀਂ ਬਣਦੇ ਇੱਥੋਂ ਹੀ ਬੱਚਿਆਂ ਦੀ ਜਿਹੜੀ ਪੈਦਾਇਸ਼ ਹੁੰਦੀ ਆ ਉਹ ਅਸਰ ਪੈਂਦਾ ਬਿਲਕੁਲ ਜੇ ਸਭ ਤੋਂ ਵਧੀਆ ਟੀਚਰ ਆ ਉਹ ਕਿਤਾਬਾਂ ਜੇ ਵਧੀਆ ਮਿੱਤਰ ਆ ਉਹ ਕਿਤਾਬਾਂ ਜੇ ਕਿਸੇ ਦੀ ਵਧੀਆ ਮਸ਼ੂਕਤ ਆ ਉਹ ਕਿਤਾਬਾਂ ਮਾਂ ਪਿਓ ਸਾਰਾ ਕੁਛ ਕਿਤਾਬਾਂ ਹੀ ਕਿਤਾਬਾਂ ਨੇ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਜਗਤਾਰ ਵਿਰਕ ਕੀਤੇ ਹੋਏ ਵਾਅਦੇ ਮੁਤਾਬਕ ਇੱਕ ਵਾਰੀ ਫਿਰ ਲੈ ਕੇ ਹਾਜ਼ਰ ਹਾਂ TV16 ਟੋਰਾਂਟੋ 'ਤੇ ਤੁਹਾਡਾ ਪਸੰਦੀਦਾ ਸ਼ੋਅ ਅਤੇ ਜਿਸ ਦਾ ਨਾਮ ਹੈ ਸਤਿ ਸ਼੍ਰੀ ਅਕਾਲ ਜੀ ਸੋ ਅੱਜ ਜਿਸ ਪਰਸਨੈਲਿਟੀ ਦੇ ਨਾਲ ਜਿਸ ਸ਼ਖਸੀਅਤ ਦੇ ਨਾਲ ਮੈਂ ਤੁਹਾਡੀ ਸਤਿ ਸ਼੍ਰੀ ਅਕਾਲ ਕਰਾਉਣ ਜਾ ਰਿਹਾ ਉਹ ਸ਼ਖਸੀਅਤ ਮਾਲਵੇ ਖਿੱਤੇ ਦੇ ਵਿੱਚ ਸਾਹਿਤ ਦੇ ਖੇਤਰ ਦੇ ਵਿੱਚ ਪੰਜਾਬੀ ਅਦਬ ਪੰਜਾਬੀ ਜ਼ੁਬਾਨ ਅਤੇ ਹੋਮੋਪੈਥੀ ਦੇ ਖੇਤਰ ਦੇ ਵਿੱਚ ਕਿਸੇ ਜਾਣ ਪਹਿਚਾਣ ਦੀ ਮੁਹਤਾਜ ਨਹੀਂ ਹੈ ਉਹ ਸ਼ਖਸੀਅਤ ਮੈਂ ਤੁਹਾਡੇ ਰੂਬਰੂ ਕਰਨ ਜਾ ਰਿਹਾ ਸੋ ਬਹੁਤ ਸਾਰੇ ਸਵਾਲ ਤੁਹਾਡੇ ਮਨਾਂ 'ਚ ਹੋਣਗੇ ਜਿਹੜੇ ਤੁਸੀਂ ਪੁੱਛਣਾ ਚਾਹੁੰਦੇ ਹੋਵੋਗੇ ਡਾਕਟਰ ਸਾਹਿਬ ਨੂੰ ਅਤੇ ਉਹ ਸਵਾਲ ਤੁਹਾਡੇ ਬਿਹਾਫ 'ਤੇ ਮੈਂ ਡਾਕਟਰ ਸਾਹਿਬ ਨੂੰ ਪੁੱਛੂੰਗਾ ਸੋ ਡਾਕਟਰ ਸਾਹਿਬ ਸਰਦਾਰ ਸੰਪੂਰਨ ਸਿੰਘ ਟੱਲੇਵਾਲੀਆ ਜੀ ਤੁਹਾਡਾ TV16 ਟੋਰਾਂਟੋ ਦੇ ਇਸ ਸ਼ੋਅ 'ਚ ਨਿੱਘਾ ਸਵਾਗਤ ਆ ਜੀ ਆਇਆ ਜੀ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤਾਂ ਮੈਂ TV16 ਟੋਰਾਂਟੋ ਅਤੇ ਉਹਨਾਂ ਦੀ ਸਮੁੱਚੀ ਟੀਮ ਨੂੰ ਵਧਾਈ ਦਿੰਦਾ ਜੋ ਪੰਜਾਬ ਨੂੰ ਕਿੰਨੀ ਦੂਰ ਤੱਕ ਜੋੜਨ ਦਾ ਯਤਨ ਕਰ ਰਹੀ ਹੈ ਬਹੁਤ ਸ਼ਲਾਘਾਯੋਗ ਕਦਮ ਹੈ ਅਤੇ ਮੈਂ ਅਰਦਾਸ ਕਰਦਾ ਇਹ 16 TV ਸੈਂਟਰ 3x2 ਰਾਤ 24 ਤਰੱਕੀ ਕਰੇ ਅਤੇ ਇਹਦੀ ਟੀਮ ਸਦਾ ਸਦੀਵੀ ਤਨ ਦੀ ਮਨ ਦੀ ਅਤੇ ਆਤਮਿਕ ਤੌਰ 'ਤੇ ਖੁਸ਼ ਰੱਖੇ ਧੰਨਵਾਦ ਡਾਕਟਰ ਸਾਹਿਬ ਤੁਹਾਡੇ ਆਸ਼ੀਰਵਾਦ ਜਿਹੜੇ ਸਾਨੂੰ ਪ੍ਰੋਗਰਾਮ ਦੀ ਸ਼ੁਰੂਆਤ 'ਚ ਹੀ ਮਿਲ ਗਏ ਆ ਇਨਸ਼ਾਅੱਲਾ ਪ੍ਰਮਾਤਮਾ ਕਰੇ ਅਸੀਂ ਇਸੇ ਤਰ੍ਹਾਂ ਹੀ ਪੰਜਾਬੀ ਅਦਬ ਪੰਜਾਬੀ ਜ਼ੁਬਾਨ ਨੂੰ ਤੁਹਾਡੇ ਆਸ਼ੀਰਵਾਦ ਨਾਲ ਲੋਕਾਂ ਤੱਕ ਲੈ ਕੇ ਜਾਈਏ ਸੋ ਦੋਸਤੋ ਇਹ ਨੇ ਡਾਕਟਰ ਸੰਪੂਰਨ ਸਿੰਘ ਟੱਲੇਵਾਲੀਆ ਜੀ ਜਿਹੜੇ ਅੱਜ ਤੁਹਾਡੇ ਰੂਬਰੂ ਹੋ ਰਹੇ ਨੇ ਜਿਨ੍ਹਾਂ ਨਾਲ ਤੁਹਾਡੀ ਸਤਿ ਸ਼੍ਰੀ ਅਕਾਲ ਕਰਾਉਣ ਜਾ ਰਹੇ ਹਾਂ
ਸੋ ਡਾਕਟਰ ਸਾਹਿਬ ਸਾਡੇ ਦਰਸ਼ਕ ਜਦੋਂ ਜੁੜਦੇ ਆ ਇਸ ਪ੍ਰੋਗਰਾਮ ਦੇ ਨਾਲ ਤਾਂ ਜਿਹੜੀ ਪਰਸਨੈਲਿਟੀ ਜਿਹੜੀ ਸ਼ਖਸੀਅਤ ਜਿਹੜੇ ਬਸ਼ਰ ਨੂੰ ਅਸੀਂ ਉਹਨਾਂ ਦੇ ਰੂਬਰੂ ਕਰਦੇ ਹਾਂ ਇਹ ਸੁਭਾਵਕ ਹੈ ਕਿ ਉਹਨਾਂ ਦੇ ਮਨਾਂ ਦੇ ਵਿੱਚ ਨਾਲ ਦੀ ਨਾਲ ਹੀ ਕਈ ਸਵਾਲ ਉੱਠਦੇ ਆ ਕਿ ਜਿਹੜੀ ਪਰਸਨੈਲਿਟੀ ਨਾਲ ਅਸੀਂ ਰੂਬਰੂ ਹੋਣ ਜਾ ਰਹੇ ਹਾਂ ਉਹਦੇ ਪਿਛੋਕੜ ਬਾਰੇ ਉਹਦੀ ਸਾਹਿਤ ਸਿਰਜਣਾ ਬਾਰੇ ਉਹਦੀ ਐਜੂਕੇਸ਼ਨ ਬਾਰੇ ਉਹਨਾਂ ਦੇ ਪਰਿਵਾਰਕ ਪਿਛੋਕੜ ਬਾਰੇ ਬਹੁਤ ਸਾਰੇ ਸਵਾਲ ਉਹਨਾਂ ਦੇ ਮਨਾਂ 'ਚ ਉੱਠਦੇ ਆ ਸੋ ਸਭ ਤੋਂ ਪਹਿਲਾਂ ਪ੍ਰੋਗਰਾਮ ਦਾ ਆਗਾਜ਼ ਅਸੀਂ ਇਸੇ ਗੱਲ ਤੋਂ ਕਰਾਂਗੇ ਮੇਰੇ ਮਨ ਦੇ ਵਿੱਚ ਵੀ ਇਹ ਦਿਲੀ ਜਿਗਿਆਸਾ ਮੇਰੀ ਵੀ ਇਹ ਦਿਲੀ ਤਾਂਘ ਆ ਕਿ ਤੁਸੀਂ ਆਪਣੀ ਪ੍ਰਾਇਮਰੀ ਐਜੂਕੇਸ਼ਨ ਕਿਉਂਕਿ ਜਿਹੜਾ ਸਾਡੇ ਮਨੁੱਖ ਦਾ ਮੁੱਢਲਾ ਸੋਰਸ ਆ ਉਹ ਸਾਡੀ ਮੁੱਢਲੀ ਐਜੂਕੇਸ਼ਨ ਆ ਸੋ ਤੁਸੀਂ ਆਪਣੀ ਮੁੱਢਲੀ ਐਜੂਕੇਸ਼ਨ ਬਾਰੇ ਜਿਹੜੀ ਪ੍ਰਾਇਮਰੀ ਐਜੂਕੇਸ਼ਨ ਜਿਹਨੂੰ ਅਸੀਂ ਕਹਿੰਦੇ ਹਾਂ ਉਹਦੇ ਬਾਰੇ ਚਾਨਣਾ ਪਾਓ ਸਾਡੇ ਦਰਸ਼ਕਾਂ ਨੂੰ ਕੁਛ ਪ੍ਰੋਫੈਸਰ ਸਾਹਿਬ ਜਿਹੜਾ ਸਾਡੀ ਸਾਡੇ ਜ਼ਮਾਨੇ 'ਚ ਜਿਹੜਾ ਪੜ੍ਹਾਈ ਦਾ ਸਿਸਟਮ ਹੁੰਦਾ ਸੀ ਜੀ ਉਹ ਜਿਵੇਂ ਅੱਜ ਦੌੜ ਲੱਗੀ ਆ ਮਾਡਰਨ ਸਕੂਲ ਇਹ ਨਹੀਂ ਸੀ ਹੁੰਦਾ ਜੀ ਮੇਰਾ ਪਿੰਡ ਟੱਲੇਵਾਲ ਆ ਅਤੇ ਪਿੰਡ ਦੇ ਸਰਕਾਰੀ ਸਕੂਲ ਦੇ ਵਿੱਚ ਹੀ ਪ੍ਰਾਇਮਰੀ ਤੋਂ ਹੁੰਦੀ ਉੱਥੋਂ ਸ਼ੁਰੂ ਜੀ ਬਿਲਕੁਲ ਨਾ ਸਾਡੇ ਜ਼ਮਾਨੇ 'ਚ ਡੈਸਕ ਹੁੰਦੇ ਸੀ ਨਾ ਕੁਰਸੀਆਂ ਜੀ ਅਸੀਂ ਆਪੋ ਆਪਣੀਆਂ ਬੋਰੀਆਂ ਉਦੋਂ ਟਾਟ ਵੀ ਨਹੀਂ ਸੀ ਹੁੰਦੇ ਅੱਛਾ ਜੀ ਆਪੋ ਆਪਣੀਆਂ ਬੋਰੀਆਂ ਅਸੀਂ ਆਪਦੇ ਥੈਲੇ 'ਚ ਪਾ ਕੇ ਲੈ ਕੇ ਜਾਣੀਆਂ ਜੀ ਅਤੇ ਉਹਨਾਂ ਦਿਨਾਂ 'ਚ ਸਭ ਤੋਂ ਵੱਡੀ ਗੱਲ ਇਹ ਆ ਵੀ ਵਿਦਿਆਰਥੀਆਂ ਦੇ ਉੱਤੇ ਅਧਿਆਪਕਾਂ ਦਾ ਇੰਨਾ ਪਿਆਰ ਸਤਿਕਾਰ ਹੁੰਦਾ ਸੀ ਰਹੇ ਰੱਬ ਦਾ ਕਿਆ ਬਾਤ ਜੇ ਕਲਾਸ ਦੇ ਵਿੱਚ 30 ਸਟੂਡੈਂਟ ਆ ਤਾਂ ਜੋਟੇ ਬਣਾ ਕੇ ਡਿਊਟੀ ਲਾਈ ਜਾਂਦੀ ਵੀ ਅੱਜ ਭਾਈ ਤਾਂ ਸਾਫ਼ ਸਫਾਈ ਕਰਨਾ ਜੀ ਅਤੇ ਸਾਨੂੰ ਇੰਨੀ ਖੁਸ਼ੀ ਹੁੰਦੀ ਜਿੱਦਾਂ ਸਾਡਾ ਸਫਾਈ ਦਾ ਦਿਨ ਹੁੰਦਾ ਕਿਆ ਬਾਤ ਇੱਕ ਜਾਣਾ ਤਾਂ ਬਾਲਟੀ ਪਾਣੀ ਭਰ ਕੇ ਛਿੜਕਦਾ ਜੇ ਦੂਜਾ ਹੋ ਸੰਭਵ ਕੱਚੇ ਥਾਂ ਹੁੰਦੇ ਕੱਚੇ ਥਾਂ ਹੁੰਦੇ ਜਾਣੀ ਜਿਹੜੀ ਸਭ ਤੋਂ ਔਖੀ ਡਿਊਟੀ ਹੁੰਦੀ ਉਹ ਹਰੇਕ ਬੰਦਾ ਕਹਿੰਦਾ ਮੈਂ ਕਰਨੀ ਇਹ ਇਸੇ ਗੱਲ ਨਾਲ ਚੱਲਦੀ ਚਾਲ 'ਚ ਮੈਨੂੰ ਦੁੱਖ ਹੁੰਦਾ ਜਦੋਂ ਅੱਜ ਕੱਲ੍ਹ ਕਈ ਬੱਚਿਆਂ ਦੇ ਮਾਂ ਬਾਪ ਸਕੂਲ 'ਚ ਜਾ ਵੜਦੇ ਆ ਉਲਾਂਭੇ ਲੈ ਕੇ ਵੀ ਜੀ ਤੁਸੀਂ ਸਾਡੇ ਬੱਚੇ ਇੱਥੇ ਪੜ੍ਹਨ ਆਏ ਆ ਤੁਹਾਡੀਆਂ ਇੱਟਾਂ ਚੱਕਣ ਨਹੀਂ ਆਏ ਜੀ ਬਿਲਕੁਲ ਅਤੇ ਮੈਂ ਉਹ ਸੋਚ ਨੂੰ ਨਿੰਦਦਾ ਬੱਚਾ ਸਕੂਲ 'ਚ ਇਕੱਲਾ ਪੜ੍ਹਨ ਨਹੀਂ ਜਾਂਦਾ ਜੀ ਕਿਤਾਬੀ ਗਿਆਨ ਪ੍ਰਾਪਤ ਕਰਨ ਨਹੀਂ ਜਾਂਦਾ ਉੱਥੋਂ ਸੇਵਾ ਜੀ ਡੈਡੀਕੇਸ਼ਨ ਦੀ ਸੇਵਾ ਕਿਵੇਂ ਕਰਨੀ ਆ ਜੀ ਬਿਲਕੁਲ ਜੇ ਅਧਿਆਪਕਾਂ ਨੇ ਇੱਟਾਂ ਚਕਾਤੀਆਂ ਉਹ ਸਕੂਲ ਦੀਆਂ ਹੀ ਆ ਬਿਲਕੁਲ ਕੀ ਮਾੜੀ ਗੱਲ ਆ ਬਿਲਕੁਲ ਆਪਾਂ ਵੇਖਦੇ ਹਾਂ ਵੀ ਸਕੂਲਾਂ 'ਚ ਬਜਟ ਬਹੁਤ ਘੱਟ ਆ ਵੀ ਲੇਬਰ ਲਈ ਨਹੀਂ ਅਧਿਆਪਕਾਂ ਕੋਲ ਪੈਸਾ ਜੇ ਉਹ 4 ਵਿਦਿਆਰਥੀ ਲਾ ਕੇ ਇੱਟਾਂ ਚਕਾਤੀਆਂ ਕੋਈ ਪਾਪ ਨਹੀਂ ਤਾਂ ਪੁੰਨ ਸਕਾਂ ਜੀ ਬਿਲਕੁਲ ਜੇ ਮੇਰੇ ਬੱਚਿਆਂ ਨੂੰ ਇਹ ਇੱਟਾਂ ਚਕਾਉਣ ਮੈਂ ਜਾ ਕੇ ਅਧਿਆਪਕ ਨੂੰ ਕਹਾਂ ਸ਼ੁਕਰ ਆ ਜੀ ਤੁਸੀਂ ਮੇਰੇ ਬੱਚਿਆਂ ਨੂੰ ਤੁਸੀਂ ਬੱਚਿਆਂ ਨੂੰ ਸੇਵਾ ਪਾ ਕਿਉਂਕਿ ਜੇ ਆਪਾਂ ਸਿੱਖ ਜਿੰਮ ਦੇ ਤੌਰ 'ਤੇ ਲੱਗੀਏ ਅਤੇ ਸਭ ਤੋਂ ਪਹਿਲਾਂ ਤਾਂ ਕਿਰਤ ਜੁੜਦੀ ਸੇਵਾ ਦੇ ਸੇਵਾ ਨਾਲ ਸੇਵਾ ਕਰਨ ਨਾਲ ਤਨ ਦੀ ਮਨ ਦੀ ਅਤੇ ਆਤਮਾ ਤੰਦਰੁਸਤੀ ਹੋ ਕਿਆ ਬਾਤ ਹੈ ਜੀ ਕਿਆ ਬਾਤ ਅਤੇ ਸਾਡੇ ਵੇਲੇ ਇਹ ਹੁੰਦਾ ਸੀ ਜੀ ਵੀ ਜਦੋਂ ਅਧਿਆਪਕ ਵੀ ਕਈ ਤਾਂ ਤੁਰ ਕੇ ਆਉਂਦੇ ਦੂਰੋਂ ਦੂਰੋਂ ਕਿਆ ਬਾਤ ਕਈ ਸਾਈਕਲਾਂ 'ਤੇ ਆਉਂਦੇ ਇੱਥੋਂ ਤੱਕ ਵੀ ਜਦੋਂ ਮੀਂਹ ਪੈਂਦੇ 'ਚ ਵੀ ਭੇਜਦੇ ਆਉਂਦੇ ਉਹਨਾਂ ਦੇ ਕੁੜਤੇ ਪਜਾਮੇ ਪਾਏ ਹੁੰਦੇ ਮੀਂਹ 'ਚ ਆਉਂਦੇ ਹੁੰਦੇ ਅਤੇ ਨਾਲ ਜਦੋਂ ਦਫ਼ਤਰ 'ਚ ਆ ਜਾਂਦੇ ਉਹ ਆਪਦੀ ਵਰਦੀ ਬਦਲ ਕਿਆ ਬਾਤ ਅਤੇ ਅਸੀਂ ਪਹਿਲਾਂ ਹੀ ਮੇਰਾ ਚਾਚਾ ਵਧੀਆ ਦੋਸਤ ਸੀ ਅਧਿਆਪਕਾਂ ਦਾ ਪਹਿਲੇ ਕਹਿ ਦਿੰਦਾ ਵੀ ਚਾਹ ਲੈ ਕੇ ਜਾਈ ਤੂੰ ਅੱਜ ਕਿਆ ਬਾਤ ਕਿੰਨੀ ਸਾਂਝ ਬਣ ਗਈ ਦੇਖੋ ਮੇਰੀ ਅੰਬੋ ਨੇ ਬਹੁਤ ਵਧੀਆ ਲੌਂਗ ਇਲਾਇਚੀਆਂ ਪਾ ਕੇ ਚਾਹ ਬਣਾਉਣੀ ਜੀ ਅਤੇ ਉਸ ਮਤਲਬ ਅਸੀਂ ਉਹਨਾਂ ਨੂੰ ਕਹਿਣਾ ਵੀ ਅੱਜ ਮੀਂਹ 'ਚ ਭਿੱਜੇ ਆਉਣਗੇ ਜਾਂ ਅੱਜ ਬਹੁਤੀ ਠੰਡ ਆ ਇਸ ਤਰ੍ਹਾਂ ਦੀਆਂ ਭਾਵਨਾਵਾਂ ਹੁੰਦੀਆਂ ਇੱਕ ਡਾਕਟਰ ਸਾਹਿਬ ਮੈਂ ਤੁਹਾਨੂੰ ਵਿੱਚ ਹੀ ਟੋਕ ਰਿਹਾ ਇੱਕ ਜਿਹੜੀ ਹੁਣ ਅੱਜ ਦੇ ਸਮੇਂ ਦੇ ਸਕੂਲਾਂ ਦੇ ਵਿੱਚ ਨਹੀਂ ਕੋਨਵੈਂਟ ਦੇ ਵਿੱਚ ਸ਼ਾਇਦ ਹੋਵੇ ਜੀ ਇੱਕ ਉਹਨਾਂ ਤੁਹਾਡੇ ਸਮੇਂ ਦੇ ਵਿੱਚ ਮੈਂ ਸੁਣਦਾ ਹੁੰਦਾ ਪਹਿਲਾਂ ਵੀ ਬਹੁਤ ਸਾਰੇ ਵਿਦਵਾਨ ਦੋਸਤਾਂ ਨਾਲ ਜਦੋਂ ਗੱਲ ਹੁੰਦੀ ਆ ਇੱਕ ਕੋਈ ਮਨੀਟਰ ਹੁੰਦਾ ਸੀ ਸ਼ਬਦ ਹਾਂ ਮੈਂ ਮਨੀਟਰ ਉਹਦੇ ਬਾਰੇ ਦੱਸੋ ਵੀ ਮਨੀਟਰ ਇਹ ਹੁੰਦਾ ਸੀ ਜਿਹੜਾ ਬੱਚਾ ਸਭ ਤੋਂ ਵੱਧ ਕਲਾਸ 'ਚ ਹੁਸ਼ਿਆਰ ਹੁੰਦਾ ਸੀ ਜੀ ਅਧਿਆਪਕ ਉਹਨਾਂ ਦੀ ਜ਼ਿੰਮੇਵਾਰੀ ਲਾ ਦਿੰਦੇ ਵੀ ਭਾਈ ਤੂੰ ਇਹਨਾਂ ਦੇ ਰਿਵੀਜ਼ਨ ਕਰਾ ਜੀ ਬੱਚਿਆਂ ਨੇ ਮਨੀਟਰ ਤੋਂ ਪੁੱਛਣਾ ਜੀ ਅਤੇ ਜੇ ਜਾਣੀ 80% ਤਾਂ ਮਨੀਟਰ ਨੇ ਉਹ ਜਿਹੜਾ ਹੁੰਦਾ ਸਵਾਲ ਉਹਨੂੰ ਹੱਲ ਕਰ ਦੇਣਾ ਜੀ ਮਨੀਟਰ ਮਨੀਟਰ ਅੱਧਾ ਅਧਿਆਪਕ ਹੀ ਹੁੰਦਾ ਹਾਂ ਅੱਧਾ ਅੱਧੇ ਤੋਂ ਵੀ ਵੱਧ ਹੀ ਹੋ ਜਾਂਦਾ ਸੀ ਅਧਿਆਪਕ ਅਤੇ ਉਹ ਜੇ ਕੁਝ ਫਿਰ ਵੀ ਅੜਿੱਚਣ ਰਹਿ ਜਾਂਦੀ ਜੀ ਅਤੇ ਉਹਨੇ ਅਧਿਆਪਕ ਤੋਂ ਪੁੱਛਣਾ ਵੀ ਸਰ ਜੀ ਅੱਜ ਸਾਨੂੰ ਇਹ ਨਹੀਂ ਆਇਆ ਜੀ ਅਤੇ ਉਹ ਬਹੁਤ ਵਧੀਆ ਜੀ ਉਸ ਵੇਲੇ ਸਾਨੂੰ ਸ਼ੌਕ ਹੁੰਦਾ ਜਿੱਦੇ ਐਤਵਾਰ ਹੁੰਦਾ ਉਹਦੇ ਸਾਰਾ ਦਿਨ ਨਾ ਲੰਘਣ 'ਚ ਆਉਂਦਾ ਅਤੇ ਹੁਣ ਤਾਂ ਬੱਚੇ ਕਹਿੰਦੇ ਨਾ ਹਾਏ ਛੁੱਟੀਆਂ ਹਾਂ ਸ਼ੁਕਰ ਆ ਪਰ ਸਾਨੂੰ ਇਹ ਚਾਹ ਹੁੰਦਾ ਅਤੇ ਦੂਜੀ ਵੱਡੀ ਗੱਲ ਉਸ ਵੇਲੇ ਦੇ ਅਧਿਆਪਕ ਟਿਊਸ਼ਨ ਨਹੀਂ ਸੀ ਰੱਖਦੇ ਟਿਊਸ਼ਨ ਨਹੀਂ ਸੀ ਉਹ ਇੰਨਾ ਪੜ੍ਹਾ ਦਿੰਦੇ ਕਿ ਅਸੀਂ ਪੜ੍ਹ ਕੇ ਆਨੰਦਿਤ ਹੋ ਜਾਂਦੇ ਉਸ ਜ਼ਮਾਨੇ 'ਚ ਮੇਰੀ ਫਸਟ ਡਿਵੀਜ਼ਨ ਆਈ ਆ ਸਾਰੇ ਅਸੀਂ ਚਾਰ ਜੁੱਟਾਂ 'ਚ ਪੜ੍ਹਦੇ
सरदार जरनैल सिंह होंगे सी अपने गवर्नमेंट हाई स्कूल वीला तो मैं दसवीं की उत्थे जी तो वह सानू चार चार जुटा च वंड देंदे मैं सी क्लास का मनीटर मेरे ना दर्शन सिंह टल्ले वाली जस्सी जी गरमेल सिंह हुंदा सी सरदार मोहता सिंह दा एक दर्शन सिंह हुंदा सी सरदार तारा सिंह दा असीं चारे साडा ग्रुप फर्स्ट आउंदा क्या बात है ते सगा वह कोई कुटदे नहीं सी सो पहले दिन तो मुकाबले दी भावना ग्रुप बना के करवाउंदे रहे सरदार जरनैल सिंह जी ते बहुत वधिया पढ़ाईयां हुंदियां सी कोई इस तरह की भावना नहीं सी साडे जमाने दे विच असीं कुड़ियां मुंडियां दा मौज नाल खेडदे रहिंदे जिवें अजकल कामक जमाना है जी ते उदों इह भावना ही नहीं सी भावना ही नहीं सी इक दूजे नूं उह भैण कहिंदे ते कुड़ियां मतलब भरा कहिंदियां जां वीर कहिंदियां बिल्कुल जी बिल्कुल ते इह उस वेले दी पवित्रता सी ते डॉक्टर साहब तुसीं प्राइमरी बारे एजुकेशन बारे दस्सदे दसवीं तक इस तो बाद हायर एजुकेशन सिक्ख्या बारे भी कोई प्राइमरी की मैं एक होर दसदा मेरे जमाने बिजली है नहीं सी जी मैं बरनाले लैंप लेके गया पढ़न वास्ते असी चार मुंडे अपने घर बैठक इकट्ठे पढ़ते जी साडा आंढ गुआंढ सारा कुड़ियां बुड़ियां वेखण आई जाए फिर सपूर्ण यह जहा दीवा लेके आया चाहे कीड़ी तुरदी नूं वेख ते उहदे विच भी असी फिर तेल लई पैसे इकट्ठे करते जी चारे मुंडे कुछ पैसे कट्ठे चवानी मिट्टी का तेल चवानी चवानी असी कट्ठे करके तेल ले आउंदे जदों मुक जांदा ते फिर असी एक मैं सवाल विच फीस किन्नी क हुंदी सी उदों फीस तां नाम मात्र वांगू हुंदी सी जी मेरे ख्याल से कोई रुपया की हुंदी होगी वह भी खबनी साल दी हुंदी हुंदी साल ते एक ये भी बहुत वधिया तुसी गल करी ते अध्यापक हुंदे सी मैं उहनां दा नाम भुल गया उन्ना जमाना च एक रुपया भी नहीं सी किसे कोले ते ओ कहिंदे वी बच्चा नूं मैं पढ़ाई बिना नहीं रहण देना उन्हां ने आप दी जदों जेब दे विच देना क्या बात ए कदे आप नहीं रहा सी ओ ओदी जिहड़ी असल दी ओदी जेब ते असीं उहनूं कहिंदे वी असल अध्यापक ही बिल्कुल ओ सिर ते हथ रखदे ओ चैलेंज करदे सारिआं नूं वी भाई कोई बच्चा किताबां बिना रहे ना जावे साडा एक विद्यार्थी सी मैं नौ भुलिया वे जी उहदे ना सियाणा दे महीने च चप्पलियां पा के जांदा जी अजकल तां जे कोई बूट जां जर्सियां बंडदे आ उहो फोटो लगाउंदे आ अखबारां च मैं इह गल दा विरोध करदा बिल्कुल जी इक्को गरीब आ इक उहनूं छज च पा के छंडण दी गल वी जे तुसीं दान देणा बूट कहिंदा जिंदगी च पहली वार पाया साडे किसे ने पाया ओह अध्यापक जानी चाहे हुण नहीं रहे पर साडी सोचां च सदा ही रहे बिल्कुल बिल्कुल इत्थों सिक्ख्या मिलदी है भी अध्यापक है जिहड़ा कल्ला उहने सानूं किताबी पढ़ाई का ज्ञान नहीं देना जी बिल्कुल बिल्कुल उहने सिर ते हथ भी रखना हुंदा ओह साडा मां भी आ प्यो भी बिल्कुल बिल्कुल दोस्तों तुसीं देख रहे हो कि अध्यापक प्रति जिहड़े उहदे शिष्य सी जिहड़े उहदे स्टूडेंट सी जिहड़े उहदे विद्यार्थी सी उहनां दे मनां 'च किन्ना सत्कार किन्नी इज्जत तुसीं देखो कि उह अध्यापकां दा पढ़ाउण दा उहनां अध्यापकां दा विचरण दा की तरीका होवेगा कि विद्यार्थी अज भी जो गल्ला उन्हां बारे करन लगदे मैं डॉक्टर साहब नूं देख रहा उन्हां दी अखां नम हो गई अध्यापक बारे गल्लां करदे आ सो डॉक्टर साहब इस तो अगली जिहड़ी मेरी गल आ कि जिहड़े अध्यापक सी ज़्यादातर हुंदा सी कि उह पिंडां दे विच ही रहिंदे सी जिन्हां घरां दे विच रहिंदे एक दो विद्वान दोस्तां नाल पहलां गल्लां होईआं कि उह उस घर दे मुंडे नूं मनीटर बणाउंदे हुंदे सी जिस घर उह ज़्यादा रहिंदे हुंदे सी नहीं आम करके नहीं इह नहीं सी हुंदा जिहड़ा बच्चा हुशियार हुंदा उह उहनूं बणाउंदे जी चैलेंज करता मुंडियो भी जिथे मर्जी जाओ यही टेंस इहनू असीं नाम दा जहाज कहने नानक नाम जहाज है चढ़े सो उतरे पार जिन्हें वह टेंस याद कर ले वो नाम के जहाज च बह गया तो उन्हें पार उतर वो विद्या दे रास्ते चढ़ गया हाँ तो मैनू यह खुशी भी आ भी जदों अठवीं च असी पढ़ते होंगे जी एक दसवीं का विद्यार्थी साढ़े को सीखण आता हों क्या सानू खुशी होंगी ਸਾਨੂੰ ਅਧਿਆਪਕ ਦੱਸਦੇ ਵੀ ਗਿਆਨ ਵੰਡੇ ਤੋਂ ਵੱਧ ਆ ਇਹ ਬਿਲਕੁਲ ਜੀ ਬਿਲਕੁਲ ਘਟਦਾ ਨਹੀਂ ਜੋ ਤੁਹਾਡੇ ਪੱਲੇ ਆ ਉਹ ਵੰਡ ਦਿਓ ਵੰਡ ਦਿਓ ਉਹ ਨਹੀਂ ਫੈਲਦਾ ਉਹ ਨਹੀਂ ਫੈਲਦਾ
ਤੇ ਡਾਕਟਰ ਸਾਹਿਬ ਤੁਹਾਡੀ ਜਿਹੜੀ ਇਸ ਤੋਂ ਬਾਅਦ ਹਾਇਰ ਐਜੂਕੇਸ਼ਨ ਆ ਉਹ 'ਚ ਸਿੱਖਿਆ ਜਿਹੜੀ ਤੁਸੀਂ ਲਈ ਹੈ ਜਿਹੜੀ ਤੁਸੀਂ ਕਿਉਂਕਿ ਤੁਹਾਡਾ ਜਿਹੜਾ ਕਿੱਤਾ ਉਹ ਡਾਕਟਰੀ ਆ ਥੋੜ੍ਹਾ ਜਿਹਾ ਸਾਡੇ ਦਰਸ਼ਕਾਂ ਨੂੰ ਉਸ ਚੀਜ਼ ਨੂੰ ਵਿਸਤਾਰ ਨਾਲ ਦੱਸੋ ਕਿ ਤੁਸੀਂ ਕਿਹੜੀ ਜੋਬ ਜੁਆਇਨ ਕੀਤੀ ਅਤੇ ਇਸ ਡਾਕਟਰੀ ਪੇਸ਼ੇ ਵਾਲੇ ਪਾਸੇ ਕਿਵੇਂ ਗਏ। ਮੈਂ ਦੱਸਦਾ, ਮੇਰੇ ਮਾਸੀ ਜੀ ਦੇ ਬੇਟੇ ਸਵਰਗੀ ਸਰਦਾਰ ਹਰਵੰਸ ਸਿੰਘ ਜੀ, ਉਹਨਾਂ ਨੇ ਮੈਨੂੰ ਗਾਈਡ ਕੀਤਾ। ਕਹਿੰਦਾ ਸਕੂਲ ਤੂੰ 10ਵੀਂ ਪਾਸ ਕਰਨ ਸਰ ਜੀ, ਬਟਰਨੀ ਪੀ ਏ ਯੂ ਦੇ ਵਿੱਚ ਐਡਮਿਸ਼ਨ ਦਵਾਈ ਮੈਨੂੰ ਉਹਨਾਂ ਨੇ ਜੀ। ਅਤੇ ਘਰੋਂ ਅਸੀਂ ਗਰੀਬ ਸੀ ਜੀ, ਲੋਕ ਤਾਂ ਗਰੀਬ ਕਹਾਉਣ 'ਤੇ ਹਿਚਕਚਾਹਟ ਕਰਦੇ ਆ, ਅਤੇ ਮੈਂ ਮਾਣ ਮਹਿਸੂਸ ਕਰਦਾ ਜੀ ਕਿ ਮੈਂ ਉਹ ਬਾਬੇ ਨਾਨਕ ਦਾ ਉਹ ਅਸਲੀ ਸਿੱਖ ਹਾਂ ਜਿਨ੍ਹਾਂ ਨੇ ਕਿਰਤ ਕਰਕੇ ਕਿਰਤ ਦੇ ਜਨਮ ਮਤਲਬ ਬਾਟੇ 'ਚੋਂ ਸਾਡਾ ਜਨਮ ਹੋਇਆ। ਬਾਪੂ ਜੀ ਕਲਕੱਤੇ ਹੁੰਦੇ ਸੀ, ਪਹਿਲਾਂ ਖੇਤੀ ਕਰਦੇ ਹੁੰਦੇ ਸੀ, ਇੱਕ ਬਲਦ ਇੱਕ ਬੋਤੀ ਹੁੰਦੀ ਸੀ ਸਾਡੇ ਜੀ, ਅਤੇ ਬਹੁਤ ਸ਼ਾਂਤ। ਫਿਰ ਬੋਤੀ ਮਰ ਗਈ, ਬਲਦ ਮਰ ਗਿਆ, ਉਹਨਾਂ ਦਿਨਾਂ 'ਚ ਇੰਨੀ ਸੱਟ ਵੱਜ ਜਾਣੀ ਬਹੁਤ ਵੱਡੀ ਗੱਲ। ਫਿਰ ਰੋਜ਼ੀ ਰੋਟੀ ਲਈ ਕਲਕੱਤੇ ਚਲੇ ਗਏ ਸੀ ਜੀ, ਅਤੇ ਪਿੱਛੋਂ ਮੇਰੀਆਂ ਭੈਣਾਂ ਨੇ ਅਸੀਂ ਸਾਰਿਆਂ ਨੇ ਬਹੁਤ ਕੰਮ ਕੀਤਾ, ਇੰਨੀ ਮਿਹਨਤ ਕੀਤੀ ਵੀ ਮਿਹਨਤ ਨੂੰ ਹੀ ਮਤਲਬ ਮਿਹਨਤੀ ਸਾਡਾ ਮਤਲਬ ਧਰਮ ਅਤੇ ਕਰਮ ਬਣ ਕੇ ਰਹੇਗੀ। ਅਤੇ ਮੈਂ ਲੁਧਿਆਣਾ ਯੂਨੀਵਰਸਿਟੀ ਦੇ ਵਿੱਚ ਬਟਰਨੀ ਇੰਸਪੈਕਟਰ ਦਾ ਕੋਰਸ ਕੀਤਾ ਜੀ। ਇਹ ਕਿਹੜੇ ਸਾਲ ਦੀ ਗੱਲ ਹੈ ਡਾਕਟਰ ਸਾਹਿਬ? ਇਹ ਮੇਰੇ ਖਿਆਲ 'ਚ 73 ਦੀ ਹੋਊ, 1973 ਹਾਂ, ਨੀਅਰ ਅਬਾਊਟ ਜੀ। ਅਤੇ ਉੱਥੇ ਵੀ ਮੈਂ ਮਨੀਟਰ ਸੀ। ਕਿਆ ਬਾਤ, ਵੀ ਮਨੀਟਰੀ ਨਹੀਂ ਛੱਡੀ ਸੀ? ਨਹੀਂ, ਉਹ ਮੈਂ ਨਹੀਂ ਛੱਡੀ, ਆਉਂਦੀ ਰਹੀ ਹੈ ਮੇਰੀ ਝੋਲੀ 'ਚ। ਕਿਆ ਬਾਤ, ਇਹ ਵੀ ਦਰਸ਼ਕੋ ਨੋਟ ਕਰਨ ਵਾਲੀ ਗੱਲ ਹੈ, ਛੱਡੀ ਨਹੀਂ ਆਉਂਦੀ ਰਹੀ। ਇੱਕ ਇਹ ਗੱਲ ਰਹੀ ਵੀ ਹੋਰ ਸਾਡੇ ਨਾਲ ਜਿਹੜੇ ਪੜ੍ਹਦੇ ਜੀ, ਉਹਨਾਂ ਦੇ ਟਾਈਆਂ ਲੱਗੀਆਂ ਹੁੰਦੀਆਂ, ਕੋਟ ਪੈਂਟ ਪਾਏ ਹੁੰਦੇ। ਕਿਆ ਬਾਤ, ਸਾਡੇ ਕੁੜਤਾ ਪਜਾਮਾ ਹੁੰਦਾ, ਅਤੇ ਜਿਹਨੂੰ ਖੇਸੀਆਂ ਕਹਿੰਦੇ ਆ, ਖੇਸੀਆਂ ਲਈਆਂ ਹੁੰਦੀਆਂ ਫਕਰਾਂ ਵਾਂਗ, ਹਾਂ, ਗਰੀਬੜਿਆਂ ਵਾਂਗ। ਅਤੇ ਸਾਡਾ ਡੀਨ ਹੁੰਦਾ ਸੀ, ਹੈੱਡ ਆਫ ਦੀ ਡਿਪਾਰਟਮੈਂਟ, ਡਾਕਟਰ ਬਲਬੀਰ ਸਿੰਘ ਜੀ। ਅਤੇ ਮੈਂ ਇੱਕ ਦਿਨ ਖੜ੍ਹਾ, ਅਤੇ ਮੈਨੂੰ ਕਹਿੰਦੇ, ਹੈਲੋ ਮਿਸਟਰ ਟੱਲੇ ਵਾਲੀ ਆ, ਮਹਾਂ ਸਤਿ ਸ਼੍ਰੀ ਅਕਾਲ, ਕਹਿੰਦੇ ਯੂ ਨੋ ਨਾਓ ਯੂ ਆਰ ਦਾ ਸਟੂਡੈਂਟ ਆਫ ਪੀ ਏ ਯੂ। ਮੈਂ ਜੈ ਸਰ ਜੀ, ਕਹਿੰਦਾ ਚੈੱਕ ਯੂ ਐਡਰੈਸ। ਅੱਛਾ, ਮੈਂ ਕਿਹਾ ਸਰ ਮੈਂ ਟੱਲੇ ਵਾਲ ਤੋਂ ਯੂਨੀਵਰਸਿਟੀ ਤੱਕ ਬਾਈਸਾਈਕਲ ਆਉਂਦਾ ਹੁੰਦਾ। ਕਿੰਨੇ ਕਿਲੋਮੀਟਰ ਪੈ ਜਾਂਦਾ ਸੀ ਵਕਤ ਪਾਏ ਕੋਈ? ਇਹ ਪਹਿਲਾਂ ਮੈਂ ਟੱਲੇ ਵਾਲ ਤੋਂ ਨਹਿਰ ਨਹਿਰ ਜਾਂਦਾ ਅੱਚਰਵਾਲ, ਉੱਥੇ ਮੇਰੇ ਨਾਂ ਅਮਨ ਸਿੰਘ ਗਿੱਲ ਜੀ ਉਹ ਕੋਰਸ ਕਰਦੇ ਹੁੰਦੇ ਜੀ, ਉੱਥੇ ਅਸੀਂ ਚਾਹ ਚੂ ਪੀਣੀ, ਅਤੇ ਉੱਥੋਂ ਅਸੀਂ ਫਿਰ ਉਹਨਾਂ ਦੇ ਵੀ ਸਾਈਕਲਾਂ 'ਤੇ ਚੜ੍ਹ, ਕਿਉਂ ਜਿਹੇ ਜਿਹਾ ਮਿੱਤਰ, ਇੱਕ ਇਕਨੋਮਿਕ ਸਭ ਤੋਂ ਜਿਹੜਾ ਬੇਸ ਹੁੰਦਾ ਤੁਹਾਡੇ ਧੁਰਾ, ਇਹ ਪੈਸਿਆਂ ਦਾ ਹੁੰਦਾ। ਜਿੰਨੇ ਅਸੀਂ ਗਰੀਬੜੇ ਜਿਹੇ ਸੀ, ਅਸੀਂ 4-5 ਇਕੱਠੇ ਰਹਿਣ ਲੱਗੇ, ਹੋਸਟਲ ਸਾਡੀ ਜੇਬ ਨਹੀਂ ਸੀ ਲਾਉਂਦੇ, ਅਤੇ ਅਸੀਂ ਸਾਈਕਲ 'ਤੇ ਜਾਣਾ, ਅਤੇ ਸਾਈਕਲ 'ਤੇ ਜਾਂਦਿਆਂ ਦੇ ਜਦੋਂ ਜਿਉਂ ਜਿਉਂ ਸਾਈਕਲ 'ਤੇ ਜਾਣਾ, ਉਦੋਂ ਨੂੰ ਅਸੀਂ ਨਾਲ ਦੀ ਨਾਲ ਰਚਨਾ ਕਰਦੇ ਜਾਣਾ। ਮੈਂ ਮੇਰਾ ਸਵਾਲ ਸੀ ਕਿ ਉਹ ਮੈਨੂੰ, ਕਿਉਂਕਿ ਮੈਂ ਦਰਸ਼ਕਾਂ ਨੂੰ ਗੱਲ ਦੱਸਣੀ ਚਾਹੁੰਦਾ ਕਿ ਅੱਜ ਅਸੀਂ ਮੋਟਰਸਾਈਕਲ ਕਾਰਾਂ 'ਤੇ ਵੀ ਜਾਣਾ ਹੋਵੇ ਤਾਂ ਅਸੀਂ ਕਿਲੋਮੀਟਰਾਂ ਦੀ ਗਿਣਤੀ ਕਰਦੇ ਹਾਂ, 10 ਕਿਲੋਮੀਟਰ, 20 ਕਿਲੋਮੀਟਰ। ਟੱਲੇਵਾਲ ਤੋਂ ਕਿੰਨੇ ਕਿਲੋਮੀਟਰ ਲੁਧਿਆਣਾ ਪੈਂਦਾ ਸੀ ਉਹਨਾਂ ਦਿਨਾਂ 'ਚ? ਜਾਣੀ ਜੇ ਆਪਾਂ ਮੰਨੀਏ 20 ਐਚਰਾਲ, ਅਤੇ ਉਦੋਂ ਗਾ 10-30 50-60 ਪੈ ਜਾਂਦਾ ਹੋਊ ਇੱਕ ਪਾਸੇ, ਇੱਕ ਪਾਸੇ, ਯਾਨੀ ਕਿ 100 ਕਿਲੋਮੀਟਰ ਦਾ ਸਫ਼ਰ ਸਾਈਕਲ 'ਤੇ। ਹਾਂ, ਡੇਲੀ ਨਹੀਂ ਸੀ, ਜਿੱਦਾਂ ਵੀ ਜਾਣਾ, ਹਫ਼ਤੇ ਬਾਅਦ ਜਿੱਦਾਂ ਵੀ ਜਾਣਾ, ਕਿਉਂ ਅਸੀਂ ਮੂੰਗੀ ਲੈ ਜਾਣੀ ਜੀ, ਆਲੂ ਲੈ ਜਾਣੇ ਜੀ, ਛੋਲੇ ਲੈ ਜਾਣੇ, ਅਸੀਂ ਤਾਂ ਗੁੜ ਵੀ ਆਪਦਾ ਲੈ ਕੇ ਜਾਂਦੇ ਹੁੰਦੇ ਸੀ ਜੀ, ਆਟਾ ਦਾਣਾ ਲੈ ਜਾਣਾ ਆਪਦਾ ਜੀ, ਅਤੇ ਇੱਕ ਸਾਡੀ ਭਾਸ਼ਾ ਹੋਰ ਰੱਖੀ ਵੀ ਸੀ ਨਿਹੰਗ ਸਿੰਘਾਂ ਵਾਂਗੂ। ਅੱਛਾ ਜੀ, ਮੂੰਗੀ ਨੂੰ ਤਾਂ ਅਸੀਂ ਮੱਛੀ ਕਹਿੰਦੇ ਜੀ, ਆਲੂਆਂ ਨੂੰ ਬਰਾਇਲਰ ਕਹਿੰਦੇ, ਓਕੇ, ਅਤੇ ਛੋਲਿਆਂ ਨੂੰ ਬੱਕਰੇ ਦਾ ਮੀਟ ਕਹਿੰਦੇ। ਕਿਆ ਇੱਕ ਦਿਨ ਅਸੀਂ ਵੈਸੇ ਗੱਲਾਂ ਕਰੀ ਜਾਂਦੇ ਹਾਂ ਇਕੱਠੇ, ਜਿਹੜੇ ਕਮਰੇ 'ਚ ਰਹਿੰਦੇ ਸੀ ਰੂਮਮੇਟ ਜੀ, ਅਤੇ ਉਹ ਯਾਰ ਅੱਜ ਆਪਾਂ ਕਾਹਦੀ ਸਬਜ਼ੀ ਬਣਾ ਮੰਗੇ, ਉਹ ਕਹਿੰਦਾ ਅੱਜ ਤਾਂ ਮੱਛੀ ਦੀ ਵਾਰੀ ਹੈ ਜੀ, ਉਹ ਕਹਿੰਦਾ ਮੱਛੀ ਤਾਂ ਆਪਾਂ ਕੱਲ੍ਹ ਖਾ ਕੇ ਹਟੇ ਹਾਂ, ਇੱਕ ਤਾਂ ਕਹੇ ਅੱਜ ਆਪਾਂ ਮੁਰਗਾ ਬਣਾਵਾਂਗੇ, ਦੂਜਾ ਕਹੇ ਅੱਜ ਤਾਂ ਬੱਕਰਾ ਬਣਾਵਾਂਗੇ। ਉਹ ਸਾਡੇ ਨਾਲ ਜਿਹੜੇ ਟਾਈਆਂ ਵਾਲੇ ਕੋਟ ਪੈਂਟ ਵਾਲੇ ਖੜ੍ਹੇ, ਉਹ ਹੈਰਾਨ ਵੀ ਬੰਦੇ ਤਾਂ ਨੰਗ ਜੇ ਆ, ਇਹ ਮੱਛੀ ਮੁਰਗੇ ਅਤੇ ਮੀਟ ਤੋਂ ਬਿਨਾਂ ਗੱਲ ਹੀ ਨਹੀਂ ਕਰਦੇ। ਉਹ ਸਾਨੂੰ ਬਾਅਦ 'ਚ ਉਹਨਾਂ ਨੇ ਪੁੱਛਿਆ, ਬਾਅਦ 'ਚ ਪਤਾ ਲੱਗਿਆ ਸਾਨੂੰ ਨਹੀਂ ਸੀ, ਅਸੀਂ ਤਾਂ ਆਪਦੇ ਮਸਤੀ 'ਚ ਬੈਠੇ ਰਹਿੰਦੇ ਸੀ। ਉਹ ਕਹਿੰਦੇ ਬਈ ਟੱਲੇ ਵਾਲੀ ਆ, ਤੁਸੀਂ ਮੱਛੀ ਮੀਟ ਇੰਨਾ ਖਾਂਦੇ ਹੋ? ਮੈਂ ਕਿਹਾ ਨਹੀਂ। ਕਹਿੰਦੇ ਤੁਸੀਂ ਉੱਤੇ ਗੱਲਾਂ ਕਰਦੇ ਸੀ ਵੀ ਉਹ? ਫਿਰ ਮੈਂ ਦੱਸਿਆ, ਅੱਛਾ ਹਾਂ, ਮੈਂ ਕਿਹਾ ਉਹ ਤਾਂ ਸਾਡੀ ਵਾਰੀ ਹੁੰਦੀ ਆ। ਸੋ ਡਾਕਟਰ ਸਾਹਿਬ, ਤੁਸੀਂ ਗੱਲ ਕਰ ਰਹੇ ਸੀ ਹੋਮੋਪੈਥੀ ਦੀ, ਤੁਸੀਂ ਹੋਮੋਪੈਥੀ ਦੇ ਡਾਕਟਰ ਹੋ ਜੀ, ਇੱਕਦਮ ਵੈਟ ਵਾਲੇ ਪਾਸਿਓਂ ਹੋਮੋਪੈਥੀ ਵਾਲੇ ਪਾਸੇ ਕਿਵੇਂ ਆਏ? ਪਸ਼ੂਆਂ ਦੇ ਇਲਾਜ ਕੁਝ ਇਹੀਆਂ ਜਿਹੀਆਂ ਬਿਮਾਰੀਆਂ ਨੇ ਜੀ ਜਿਨ੍ਹਾਂ ਦਾ ਐਲੋਪੈਥੀ 'ਚ ਹੁਣ ਵੀ ਇਲਾਜ ਹੈ। ਓਕੇ, ਅਤੇ ਜਦੋਂ ਅਸੀਂ ਆਪਦੇ ਸੀਨੀਅਰ ਕੋਲ ਜਾਣਾ ਜੀ,
ਵੀ ਸਰ ਇਹਦਾ ਕੀ ਟ੍ਰੀਟਮੈਂਟ ਜੀ, ਉਹਨਾਂ ਨੇ ਕਹਿਣਾ ਨੋ ਟ੍ਰੀਟ ਨੋ ਟ੍ਰੀਟਮੈਂਟ। ਫਿਰ ਉਹਨਾਂ ਦਿਨਾਂ 'ਚ ਡਾਕਟਰ ਸੱਜਣ ਸਿੰਘ ਰਾਣੂ ਰਾਏਕੋਟ ਵਾਲੇ ਜੀ, ਡਾਕਟਰ ਹਰਚੰਦ ਸਿੰਘ ਭਦੇਰ ਅਹਿਮਦਗੜ੍ਹ ਵਾਲੇ ਜੀ, ਡਾਕਟਰ ਬੂਟੀ ਰਾਮ ਦੇ ਇੱਥੇ ਕਲਾਸਾਂ ਲੱਗਦੀਆਂ ਜੀ। ਅੰਦਰੋਂ ਪਹਿਲਾਂ ਹੀ ਕੁਦਰਤ ਦੀ ਕਿਰਪਾ ਜੀ, ਗੁਰਪ੍ਰਸ਼ਾਦ, ਜਿੰਨਾ ਚਿਰ ਉਹਦੀ ਕਿਰਪਾ ਨਾ ਹੋਵੇ ਉਨਾ ਚਿਰ ਬੰਦਾ ਕੁਛ ਗੇਨ ਨਹੀਂ ਕਰ। ਜਿਗਿਆਸਾ ਜਿਹੜੀ ਆ, ਜਿਗਿਆਸਾ ਕੁਦਰਤੀ ਦੇਣ, ਜਿਗਿਆਸਾ ਸੀ। ਆਯੁਰਵੈਦਿਕ ਵਾਲਿਆਂ ਨਾਲ ਰਾਬਤਾ ਕੀਤਾ ਜੀ। ਫਿਰ ਇੱਧਰੋਂ ਕੁਝ ਮੈਨੂੰ ਇਹੋ ਜਿਹੇ ਰਿਜ਼ਲਟ ਮੈਂ ਲਏ ਵਧੀਆ ਜੀ। ਇੱਕ ਤਾਂ ਸੱਟ ਵੱਜ ਗਈ ਸੀ ਜੀ, ਉਹਨੂੰ ਅਧਰੰਗ ਹੋ ਗਿਆ ਸੀ, ਢੂਹੀ 'ਚ ਸੱਟ ਵੱਜ ਗਈ ਜੀ। ਸਾਰਿਆਂ ਨੇ ਜਵਾਬ ਦਿੱਤਾ, ਮੈਂ ਤਾਂ ਕੀਦਾ ਵਿਚਾਰਾ, ਯੂਨੀਵਰਸਿਟੀ ਵਾਲਿਆਂ ਦਾ ਜਵਾਬ। ਜਦੋਂ ਮੈਂ ਆ ਕੇ ਇਹ ਗੱਲ ਰੱਖੀ ਹੈ ਡਾਕਟਰ ਸਾਹਿਬਾਨਾਂ 'ਚ, ਉਹਨਾਂ ਨੇ ਮੈਨੂੰ ਕਿਹਾ ਵੀ ਤੁਸੀਂ ਆਰਨੀਕਾ ਦਵਾਈ ਦੇਣੀ ਸ਼ੁਰੂ ਕਰੋ, ਆਰਨੀਕਾ ਅਤੇ ਹਾਈਪੈਰਿਕਾ। ਆਰਨੀਕਾ ਮੈਂ ਜਦੋਂ ਦਵਾਈ ਦੇਣੀ, ਮੈਂ ਉਹਨਾਂ ਦੇ ਘਰੇ ਗਿਆ, ਮਹਾਂ ਦੇਖੋ ਜੀ ਮੈਂ, ਤੁਹਾਨੂੰ ਪਤਾ ਹੀ ਹੈ ਮੇਰਾ ਵੀ ਮੈਂ ਪੈਸੇ ਲੈਣ ਵਾਲਾ ਤਾਂ ਬੰਦਾ ਨਹੀਂ ਜੀ। ਸਾਈਕਲ ਹੁੰਦਾ ਸੀ, ਸਾਈਕਲਾਂ 'ਤੇ ਜਾਣਾ, ਸਿਖਰ ਦੁਪਹਿਰੇ, ਨਾ ਅੱਕਣਾ ਨਾ ਥੱਕਣਾ, ਨਾ ਗਰਮੀ ਨਾ ਸਰਦੀ। ਦਵਾਈ ਵੀ ਆਹ ਬੂੰਦਾਂ ਦੇਈ ਜਾਓ, ਉਹ ਸੋਚਦੇ ਵੀ ਇਹ ਬੂੰਦਾਂ ਨਾਲ ਕੀ ਬਣਦੀ। ਚਲੋ ਜਦੋਂ ਉਹਦੀ ਪੂਛ ਹਿੱਲੀ, ਮੇਰਾ ਵੀ ਚਾਹ ਚੱਕਿਆ ਨਾ ਗਿਆ ਅਤੇ ਉਹਨਾਂ ਦਾ ਵੀ ਚਾਹ ਚੱਕਿਆ ਨਾ। ਪਹਿਲਾਂ ਮੈਂ ਜਾਂਦਾ ਸੀ ਜੀ, ਅਤੇ ਫਿਰ ਉਹ ਮੈਥੋਂ ਉਹ ਠੀਕ ਹੋ ਗਿਆ। ਇੱਧਰੋਂ ਮੈਨੂੰ ਜਿਹੜੀ ਰੁਚੀ ਵੱਧਦੀ ਵੱਧਦੀ ਵੱਧਦੀ, ਫਿਰ ਡਾਕਟਰ ਬੂਟੀ ਰਾਮ 'ਤੇ ਸਟੋਰ ਹੁੰਦਾ ਸੀ ਜੀ, ਅਤੇ ਉੱਥੋਂ ਦਵਾਈਆਂ ਲਿਆ ਕੇ ਰੱਖਣ ਲੱਗ ਗਏ ਜੀ। ਫਿਰ ਇਹਨਾਂ ਨੇ ਰਿਪਾਲਟਰੀ ਜਿਹੜੀ ਡਾਕਟਰ ਕੈਂਟ ਦੀ ਉਹਨਾਂ ਦਿਨਾਂ 'ਚ ਹੁੰਦੀ ਸੀ, ਕੰਪਿਊਟਰ ਤਾਂ ਹੁੰਦੇ ਨਹੀਂ ਸੀ, ਉਹ ਲੈ ਆਇਆ ਜੀ। ਮੈਂ ਬੂਟਾ ਸਾਡੇ ਅੰਦਰ ਪਹਿਲਾਂ ਹੀ ਅੰਗਰੇਜ਼ੀ ਦਾ ਬਹੁਤ ਵਧੀਆ ਲਾਇਆ ਹੋਇਆ ਸੀ, ਅਤੇ ਮੇਰੀ ਉਹ ਹਾਈ ਕਰਕੇ ਮੈਂ ਸਾਰਾ ਪੜ੍ਹ ਲਿਆ ਜੀ। ਜਿਹੜਾ ਨਹੀਂ ਆਉਂਦਾ ਕੁਐਸਚਨ ਮੈਂ ਡਿਕਸ਼ਨਰੀ ਤੋਂ ਪੁੱਛਦਾ ਜੀ, ਉੱਥੇ ਵੀ ਸੋਲਵ ਨਾ ਹੁੰਦਾ, ਮੈਡੀਕਲ ਡਿਕਸ਼ਨਰੀ ਹੁੰਦੀ ਉੱਥੇ ਵੀ ਸੋਲਵ ਨਾ ਹੁੰਦਾ, ਮੈਂ ਆਪਦੇ ਉਸਤਾਦਾਂ ਕੋਲ ਚਲੇ ਜਾਂਦਾ। ਉਹ ਇੰਨਾ ਮੈਨੂੰ ਰਿਸਪੋਂਸ ਮਿਲ ਗਿਆ ਜਿਵੇਂ ਥਣ ਮਰਿਆਂ ਦਾ ਇਲਾਜ ਨਹੀਂ ਛੇਤੀ ਛੇਤੀ, ਇੱਕੋ ਕੋਸਟਲੀ ਤਾਂ ਮੈਂ ਫ੍ਰੀ ਦਿੰਦਾ ਹੁੰਦਾ। ਕਿਆ ਬਾਤ, ਮੇਰੇ ਮਨ ਨੂੰ ਇੰਨੀ ਤਸੱਲੀ ਵੀ ਯਾਰ ਆਪਾਂ ਚਾਹੁੰਦੇ ਸੀ ਵੀ ਸਰਵਿਸ 'ਤੇ ਜਾ ਕੇ ਲੋਕ ਸੱਚੀ ਮਿੱਚੀ ਸੇਵਾਦਾਰ ਸੇਵਾਦਾਰ ਬਿਲਕੁਲ, ਅਤੇ ਉਹਦਾ ਬੜਾ ਮਨ ਸ਼ਾਂਤ ਆ। ਮੈਂ ਕਹਿੰਦਾ ਹੁੰਦਾ ਜੇ ਮੇਰੇ ਬਾਰੇ ਪੁੱਛਣਾ, ਮੈਂ ਜਿੱਥੇ ਸਰਵਿਸ ਕਰਕੇ ਆ ਉੱਥੋਂ ਪੁੱਛੋ ਜਾ, ਖੁੱਲ੍ਹੀ ਕਿਤਾਬ। ਬਿਲਕੁਲ ਬਿਲਕੁਲ। ਅੱਛਾ, ਫਿਰ ਮੈਂ ਜਦੋਂ ਡੋਰ ਟੂ ਡੋਰ ਘਰ ਜਾਣਾ, ਪਸ਼ੂ ਢਿੱਲੇ ਹੁੰਦੇ ਸੀ ਜਾਂਦੇ, ਉੱਥੇ ਜੋ ਕੋਈ ਬੁੜਾ ਪੁਰਾਣਾ ਖੰਘੀ ਜਾਂਦਾ, ਇੱਕ ਤਾਂ ਸਾਡੇ ਸਮਾਜ ਦੇ ਵਿੱਚ ਬੁੜੇ ਊਈਂ ਬੇਕਦਰ ਬੇਕਦਰ ਘਰੋਂ ਬਾਹਰ ਹੋ ਜਾਂਦੇ, ਇੱਕ ਗਰੀਬੀ ਮਾਰਦੀ ਗਰੀਬੀ ਮਾਰ। ਮੈਂ ਉਹਨਾਂ ਦਾ ਹਾਲ ਪੁੱਛਣਾ, ਮੈਂ ਫਿਰ ਉਹਨਾਂ ਨੂੰ ਦਵਾਈ ਦੇ ਕੇ ਆਉਂਦੀ। ਇੱਥੋਂ ਤੱਕ ਇੱਕ ਵਾਰ ਦੀ ਗੱਲ ਆ, ਮੱਤੀ ਮੇਰੇ ਘਰ ਵਾਲੀ ਦੇ ਨਾਨਕੇ ਨੇ ਜੀ, ਸਰਦਾਰ ਕੌਰ ਸਿੰਘ ਟੀਚਰ ਨੇ, ਉਹਦੇ ਮਾਮਾ ਜੀ, ਉਹਨਾਂ ਦੇ ਫਾਦਰ ਸਾਹਿਬ ਨੂੰ ਸਰਦਾਰ ਸੰਤਾ ਸਿੰਘ ਨੂੰ ਅਧਰੰਗ ਹੋ ਗਿਆ ਖੱਬੇ ਪਾਸੇ। ਮੱਤੀ ਤੋਂ ਪਹਿਲਾਂ ਭੀਖੀ ਲੈ ਕੇ ਗਏ, ਭੀਖੀ ਤੋਂ ਲੈ ਕੇ ਗਏ ਫਿਰ ਮਾਨਸਾ, ਮਾਨਸਾ ਤੋਂ ਪਟਿਆਲੇ ਪੀ ਗਈ। ਉਹਨਾਂ ਨੇ ਵੀ ਦਵਾਈ ਦੇ ਲਓ, ਮੈਂ ਹੈ ਨਹੀਂ ਠੀਕ ਹੋ ਗਈ ਜੀ, ਅਤੇ ਮੈਂ ਅਤੇ ਘਰ ਵਾਲੀ ਸੀ ਗਏ ਪਤਾ ਕਰਨ ਜਦੋਂ, ਅਤੇ ਉਹ ਵਿਚਾਰਾ ਰੋ ਪਿਆ। ਮੈਂ ਸਾਰਾ ਹਾਲ ਚਾਲ ਪੁੱਛ ਲਿਆ। ਜਦੋਂ ਹੋਮਿਓਪੈਥੀ ਸਾਰੀ ਦੀ ਸਾਰੀ ਬੇਸਡ ਔਨ ਮਾਈਂਡ ਆ, ਪ੍ਰੋਫੈਸਰ ਸਾਹਿਬ ਮਾਈਂਡ 'ਤੇ ਖੜੀ, ਮਾਈਂਡ 'ਤੇ ਖੜੀ। ਉਹਨਾਂ ਦਿਨਾਂ ਵਿੱਚ ਨਾਨਾ ਜੀ ਦੀ ਡੈਥ, ਬੇਟੇ ਦੀ ਮਿਲ ਜਾਣੀ ਮੈਡਮ ਦੇ ਮਾਮਾ ਜੀ ਦੀ, ਸਰਦਾਰ ਮੱਲ ਸਿੰਘ ਦੀ ਡੈਥ ਹੋ ਗਈ ਸੀ, ਪੁੱਤਰ ਦੇ ਵਿਯੋਗ ਕਰਕੇ ਉਹਨਾਂ ਨੂੰ ਪੈਰਾਲਾਈਜ਼ ਹੋਇਆ। ਮੈਂ ਸਾਰੇ ਸਿਮਟਮ ਲਏ, ਏਲਮੈਂਟਸ ਗਰੀਫ, ਏਲਮੈਂਟਸ ਡੈਥ ਔਫ ਬਿਲਾਵਡ, ਏਲਮੈਂਟਸ ਡੈਥ ਔਫ ਚਾਈਲਡ, ਬੀਪਿੰਗ ਸਿਮਟਮ, ਪੈਰਾਲਾਈਜ਼, ਅਤੇ ਮੈਂ ਦਵਾਈ ਦੇਣ ਜਾਇਆ ਕਰਾਂ। ਉਹਨਾਂ ਨੇ ਕੋਈ ਵਿਸ਼ਵਾਸ ਨਹੀਂ ਕੀਤਾ। ਉਹ ਕਹਿੰਦੇ ਜਦੋਂ ਅਸੀਂ ਪਟਿਆਲਾ, ਇੱਥੋਂ ਤੱਕ ਵੱਡੇ ਵੱਡੇ ਡਾਕਟਰ ਨੇ ਜ਼ੋਰ ਲਾ ਲਿਆ, ਚਲੋ ਮੇਰਾ ਮਾਣ ਰੱਖ ਦਿੰਦੇ। ਮੈਂ ਕਹਿ ਹੁੰਦਾ ਵੀ ਆਹ ਦਵਾਈ ਉਵੇਂ ਦੇ ਹੀ ਜਾਓ, ਕਾਲੀਫਾਸ ਅਤੇ ਇਗਨੇਸ਼ੀਆ ਨੈਟਮੇਅਰ ਵਗੈਰਾ ਸੀ, ਹੋਰ ਵੀ ਉਹ ਮੇਰੇ ਕਿਹੜਾ ਯਾਦ ਨਹੀਂ ਹੁੰਦਾ। ਅਖੀਰ ਦੇ ਵਿੱਚ ਉਹ ਠੀਕ ਹੁੰਦੇ ਠੀਕ ਹੁੰਦੇ ਠੀਕ ਹੋ ਗਏ। ਜਦੋਂ ਉਹ ਠੀਕ ਹੋ ਗਏ, ਮੇਰਾ ਚਾਅ ਨਾ ਚੱਕਿਆ ਜਾ। ਉਹ ਸੰਤ ਲੌਂਗ ਹਰਚੰਦ ਸਿੰਘ ਲੌਂਗੋਵਾਲੀਏ ਦੇ ਮਿੱਤਰ ਸੀ, ਓਕੇ ਨਾਨਾ ਜੀ, ਉਹਦਾ ਕਰਕੇ ਸਾਰਾ ਇਲਾਕਾ ਉਹਨਾਂ ਦਾ ਹਾਲ ਪੁੱਛਣਾ। ਉਹ ਕਹਿਣ ਵੀ ਠੀਕ, ਸਾਨੂੰ ਸਾਡੇ ਦੋਧ ਜਮਾਈ ਨਹੀਂ ਕਰਤਾ। ਜਦੋਂ ਪੁੱਛਣ ਵੀ ਕਿੱਥੋਂ ਠੀਕ ਹੋਏ, ਉਹ ਕਹਿਣ ਸਾਡਾ ਦੋਧ ਜਮਾਈ ਨੇ ਠੀਕ ਕਰਤਾ, ਅਤੇ ਮੇਰੇ ਉੱਥੋਂ ਮਰੀਜ਼ ਆਉਣੇ ਸ਼ੁਰੂ ਹੋ ਗਏ। ਅਤੇ ਇੱਕ ਵੱਡੀ ਗੱਲ ਇਹ ਸੀ ਵੀ ਲੋਕ, ਮੈਂ ਪੈਸੇ ਤਾਂ ਲੈਂਦਾ ਨਹੀਂ, ਉਹ ਜਮਾਈ ਭਾਈ ਕਰਕੇ ਮੈਨੂੰ ਸ਼ਗਨ ਦੇ ਜਾਂਦੇ 10-20 ਰੁਪਈਏ, ਅਤੇ ਉਦੋਂ ਮੈਨੂੰ ਇੰਨੀ ਕੁ ਲੋੜ ਵੀ ਹੁੰਦੀ ਸੀ ਦਵਾਈਆਂ ਲਿਆਉਣ ਦੀ। ਬਿਲਕੁਲ ਬਿਲਕੁਲ ਬਿਲਕੁਲ। ਅਤੇ ਇਹ ਬੜੀ ਮਾਲਕ ਦੀ ਕਿਰਪਾ, ਇਹ ਤਾਂ ਗਿਆਨ ਹੁਣ ਹੁੰਦਾ ਵੀ ਕਾਮ ਕ੍ਰੋਧ ਲੋਭ ਮੋਹ ਕਾਰ ਇਹ ਜਾੜਾ ਬਿਮਾਰੀਆਂ ਦੀ। ਮੈਂ ਉਦੋਂ ਨਾ ਲੋਭੀ ਸੀ, ਨਾ ਕਾਮੀ, ਨਾ ਕ੍ਰੋਧ ਹੁੰਦਾ ਸੀ, ਸੇਵਾਦਾਰ ਦੇ ਤਾਂ ਸੇਵਾ ਨੂੰ ਲੱਗਦਾ ਮਿਲ ਮੇਵਾ ਕਰਕੇ ਕਰਕੇ ਕਰਕੇ। ਉਦੋਂ ਬਾਅਦ ਫਿਰ
ਸਾਡੀਆਂ ਇੱਥੇ ਕਲਾਸਾਂ ਚੱਲਦੀਆਂ ਰਹੀਆਂ ਜੀ। ਮੈਂ ਹਰੇਕ ਐਤਵਾਰ ਨੂੰ ਉਹ ਕਲਾਸ ਅਟੈਂਡ ਕਰ, ਕਲਾਸ ਦਾ ਕਾਫਲਾ ਵੱਧਦਾ ਗਿਆ। ਡਾਕਟਰ ਜਸਵੰਤ ਸਿੰਘ ਸੇਖੋਂ ਭੋਤਨਿਆਂ ਵਾਲੇ, ਡਾਕਟਰ ਹਰਭਜਨ ਸਿੰਘ ਸਰਪੰਚ ਭੋਤਨਿਆਂ ਵਾਲੇ, ਡਾਕਟਰ ਗੁਰਮੇਲ ਸਿੰਘ ਭਦੌੜ, ਡਾਕਟਰ ਅਵਤਾਰ ਸਿੰਘ ਭਦੌੜ ਵਾਲੇ, ਅਤੇ ਡਾਕਟਰ ਗੁਰਚਰਨ ਸਿੰਘ ਦਿਲਬਰ, ਡਾਕਟਰ ਜਗਿੰਦਰ ਸਿੰਘ ਸਿੱਧੂ, ਅਤੇ ਇਸ ਤਰ੍ਹਾਂ ਅਸੀਂ ਸਾਰਿਆਂ ਨੇ ਜੰਮ ਕੇ ਪੜ੍ਹਾਈ ਕੀਤੀ। ਹੁਣ ਤੱਕ ਵੀ ਕਲਾਸ ਚੱਲਦੀ ਹੈ। ਪਹਿਲਾਂ ਇਹ ਫਿਰ ਕਈ ਸਾਲ ਤਾਂ ਚੱਲੀ ਅਹਿਮਦਗੜ੍ਹ ਜੀ, ਡਾਕਟਰ ਚੰਦ ਸਿੰਘ ਪੰਦੇਰ ਜੀ, ਉੱਥੇ ਸਾਡਾ ਡਾਕਟਰ ਤਨਵੀਰ ਨੇ ਅੱਜ ਕੱਲ੍ਹ ਵਰਲਡ ਦਾ ਪਹਿਲਾ ਹੀ ਡਾਕਟਰ ਆ ਉਹ ਸਾਰੀ ਦੁਨੀਆ ਦਾ ਜੀ, ਟ੍ਰਿਪਲ ਐੱਮ ਡੀ ਹੈ ਹੋਮਿਓਪੈਥੀ ਦਾ, ਅਤੇ ਪੀ ਐੱਚ ਡੀ ਕਰ ਰਹੇ ਨੇ ਜੀ। ਸਾਰੀ ਦੁਨੀਆ ਦਾ ਸਭ ਤੋਂ ਵੱਧ ਜੇ ਆਪਣੇ ਇਲਾਕੇ ਦਾ ਡਾਕਟਰ ਹੈ ਤਾਂ ਨੰਬਰ ਇੱਕ ਦਾ ਉਹ ਆ। ਅੱਜ ਕੱਲ੍ਹ ਉਹ ਕਨੇਡਾ ਗਏ ਹੋਏ ਨੇ ਜੀ, ਉੱਥੇ ਸੈਮੀਨਾਰ ਲਾਉਂਦੇ ਨੇ, ਬਾਹਰਲੇ ਬਾਹਰ ਸਾਰੇ ਮੁਲਕਾਂ 'ਚ ਸੈਮੀਨਾਰ ਲਾ ਕੇ ਆਉਂਦੇ ਹੋਮਿਓਪੈਥੀ ਦਾ। ਉਹਨਾਂ ਦਾ ਕੈਂਸਰ ਕਿਉਂ ਮਤਲਬ ਹੁੰਦਾ, ਹਾਂ ਸੈਂਟਰ ਆ ਹਸਪਤਾਲ ਮਲੇਰਕੋਟਲੇ ਬਹੁਤ ਵੱਡਾ ਸ਼ਾਨਦਾਰ ਬਣਿਆ ਹੋਇਆ। ਪਹਿਲਾਂ ਸਾਨੂੰ ਡਾਕਟਰ ਹਰਚੰਦ ਸਿੰਘ ਪੰਧੇਰ ਕਲਾਸ ਰਹਿੰਦੇ ਜੀ, ਅਤੇ ਉਦੋਂ ਬਾਅਦ ਫਿਰ ਹੁਣ ਸਾਡੀ ਕਲਾਸ ਮਲੇਰਕੋਟਲੇ ਲੱਗਦੀ ਆ। ਹਜੇ ਤੱਕ ਵੀ ਕੰਟੀਨਿਊ ਆ ਇਹ, 1977 ਤੋਂ ਲਗਾਤਾਰ ਸਾਡੇ ਮੇਰੇ ਕੋਲ ਰਿਕਾਰਡ ਪਿਆ। ਫਿਰ ਅਸੀਂ ਇੱਕ ਐਸੋਸੀਏਸ਼ਨ ਬਣਾਈ ਡਾਕਟਰ ਹਰਚੰਦ ਸਿੰਘ ਪੰਧੇਰ ਜੀ, ਉਹ ਐਸੋਸੀਏਸ਼ਨ ਦੇ ਸਰਪ੍ਰਸਤ ਨੇ ਜੀ। ਡਾਕਟਰ ਤਨਵੀਰ ਹੁਸੈਨ, ਸੈਯਦ ਤਨਵੀਰ ਹੁਸੈਨ ਸਕੱਤਰ ਨੇ ਜੀ, ਨਾ ਉਹ ਪ੍ਰਧਾਨ ਨੇ ਅਤੇ ਮੈਂ ਸਕੱਤਰ ਜੀ। ਡਾਕਟਰ ਗੁਰਮੇਲ ਸਿੰਘ ਖਜਾਨਚੀ ਨੇ। ਡਾਕਟਰ ਸਾਹਿਬ, ਕਿ ਜਿਹੜਾ ਹੁਣ ਰੁਝਾਨ ਚੱਲਦਾ ਪਿਆ ਕਿ ਅੱਜ ਜਿਹਨੂੰ ਅਸੀਂ ਕਹਿੰਦੇ ਹਾਂ ਕਿ ਅਸਲ 'ਚ ਵਿੱਚ ਲੋਕ ਮੰਨਦੇ ਆ, ਲੋਕਾਂ ਦਾ ਇਹ ਮੰਨਣਾ ਹੈ ਕਿ ਐਲੋਪੈਥੀ ਦਾ ਜ਼ਮਾਨਾ ਹੈ ਜੀ, ਅਸੀਂ ਮਨੁੱਖੀ ਸੁਭਾਅ ਮਨੁੱਖੀ ਫਿਤਰਤ ਇਹੋ ਜਿਹੀ ਬਣ ਗਈ ਕਿ ਅਸੀਂ ਹਰ ਚੀਜ਼ ਦਾ ਬਹੁਤ ਛੇਤੀ ਰਿਜ਼ਲਟ ਪਾਲਦੇ ਹਾਂ। ਠੀਕ ਹੈ। ਜਦੋਂ ਆਮ ਲੋਕਾਂ ਨਾਲ ਗੱਲ ਕਰੀ ਦੀ ਵੀ ਤੁਸੀਂ ਹੋਮਿਓਪੈਥੀ ਦਵਾਈ ਕਿਉਂ ਨਹੀਂ ਲੈਂਦੇ, ਉਹ ਕਹਿੰਦੇ ਜੀ ਬਹੁਤ ਟਾਈਮ ਲਾਉਂਦੀ ਹੈ। ਨਹੀਂ ਨਹੀਂ, ਐਲੋਪੈਥੀ ਬਹੁਤ ਘੱਟ ਟਾਈਮ ਲਾਉਂਦੀ, ਜਾਂ ਉਹਨਾਂ ਦਾ ਇੱਕ ਹੋਰ ਸਵਾਲ ਹੁੰਦਾ ਕਿ ਯਾਰ ਹੋਮਿਓਪੈਥੀ ਵਾਲੇ ਗੱਲਾਂ ਬਹੁਤ ਪੁੱਛਦੇ ਆ, ਅਤੇ ਐਲੋਪੈਥੀ ਵਾਲੇ 'ਤੇ ਜਾਂਦਾ ਜਾਈਦਾ ਅਤੇ ਨਾਲ ਦੀ ਨਾਲ ਹੀ ਦਵਾਈ ਲਿਖ ਕੇ ਚੱਕ ਵੀ ਲੈ ਜਾਓ। ਸੋ ਇਹ ਜਿਹੜੀ ਜਿਹੜੀ ਇਹਦੇ ਵਿੱਚ ਇਹ ਫਰਕ ਆ, ਇਹਨੂੰ ਥੋੜ੍ਹਾ ਜਿਹਾ ਐਕਸਪਲੇਨ ਕਰੋ ਮੈਡਮ, ਕੀ ਫਰਕ? ਇਹ ਫਰਕ ਇਹੀ ਆ ਵੀ ਸਾਡੀ ਜਿਹੜੀ ਕਾਹਲੀ ਆ, ਮੈਂ ਕਦੇ ਵੀ ਐਲੋਪੈਥੀ ਨੂੰ ਭੰਡਦਾ ਨਹੀਂ ਜੀ। ਇਹ ਪੌਦੇ ਨੇ, ਬੂਟੇ ਨੇ, ਜਿਹਨਾਂ ਦੀਆਂ ਛਾਵਾਂ ਅਸੀਂ ਮਾਣ ਰਹੇ ਹਾਂ ਜੀ, ਬਹੁਤ ਵਧੀਆ। ਜੇ ਕਿਸੇ ਰੁੱਖ ਦੀ ਛਾਂ ਮਾਣ ਕੇ ਆਪਾਂ ਉਹਨੂੰ ਕਹਿ ਦਈਏ ਵੀ ਉਹ ਛਾਈ ਨਹੀਂ ਦਿੰਦਾ, ਇਹ ਅਸੀਂ ਮਤਲਬ ਸਾਡੀ ਆਤਮਾ ਨਹੀਂ ਇਹ ਗੱਲ ਅਲਾਊ ਕਰ ਜੀ। ਐਲੋਪੈਥੀ ਆਪਦੀ ਥਾਂ 'ਤੇ ਆ, ਹੋਮਿਓਪੈਥੀ ਆਪਣੀ ਥਾਂ 'ਤੇ। ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਨੌ ਕੁੜੀ ਦਾ ਸ਼ਮਿੰਦਰ ਕੌਰ ਆ ਕਨੇਡਾ ਤੋਂ ਸਿਰ ਦੁਖਦੇ ਦੀ ਦਵਾਈ ਲੈਣ ਮਹੀਨੇ ਬਾਅਦ ਮੇਰੇ ਕੋਲ ਆਉਂਦੀ ਹੁੰਦੀ, ਉਹ ਖੁਦ ਡਾਕਟਰ ਆ ਕੁੜੀ ਉੱਧਰ, ਉਹ ਐਲੋਪੈਥੀ ਐਲੋਪੈਥਿਕ ਡਾਕਟਰ ਆ। ਹੁਣ ਤੁਸੀਂ ਉਹ ਕਿਹਾ ਕਰੇ ਸਰ ਮੇਰਾ ਸਿਰ ਦੁਖਦਾ, ਉਹ ਸਾਰਾ ਐੱਮ ਆਰ ਆਈ ਕਰ ਲਈ, ਸਾਰਾ ਕੁਛ ਉਹਨਾਂ ਨੇ ਸੀਟੀਆਂ ਕਰ ਲਈਆਂ, ਉਹ 'ਚ ਕੁਛ ਨਹੀਂ ਆਇਆ। ਉਹ ਕਿਹਾ ਕਰੇ ਸਰ ਮੈਂ ਮੇਰਾ ਸਿਰ ਦੁਖ ਰਿਹਾ, ਮੈਂ ਕੀ ਕਰਾਂ, ਮੈਨੂੰ ਦਵਾਈ ਦਿਓ। ਉਹ ਦਵਾਈ ਜਿਹੜੀ ਹੁੰਦੀ ਆ ਪੇਨ ਕਿਲਰ ਹੁੰਦੀ ਆ, ਬਿਲਕੁਲ ਬਿਲਕੁਲ ਐਲੋਪੈਥੀ। ਉਦੋਂ ਬਾਅਦ ਉਹ ਬੇਟੀ ਦੇ ਮਤਲਬ ਤੇਜ਼ਾਬ ਬਣਨ ਲੱਗ ਗਏ, ਕਰੇ ਮੈਂ ਉਹਦਾ ਨਾਂ ਵੀ ਭੁੱਲਿਆ ਪਿਆ, ਹੋ ਸਕਦਾ ਇਹ ਆ ਤਾਂ ਵੀ ਕਾਲਸਾਂ ਦੀ, ਉਹ ਕਾਲਸਾਂ ਵਿਆਹੀ ਆ ਕੁੜੀ, ਪਿੰਡ ਉਹਦਾ ਧੂਰੀ ਕੋਲ ਆ, ਕਿਉਂ ਭੁੱਲ ਜਾਈਦਾ? ਬਿਲਕੁਲ ਹਾਂ, ਉਹ ਉਹਨਾਂ ਦਾ ਮੈਂ ਫੈਮਿਲੀ ਡਾਕਟਰ ਸਾਰਾ ਹੀ ਉਹਨਾਂ ਦਾ ਆਰ ਪਰਿਵਾਰ ਲੈਂਦਾ ਦਵਾਈ। ਅਤੇ ਉਹ ਗੱਲ ਇਹ ਹੈ ਵੀ ਹੋਮਿਓਪੈਥੀ ਜਿਹੜੀ ਬਹੁਤੀ ਮਨ 'ਤੇ ਖੜੀ, ਮਨ 'ਤੇ ਖੜੀ, ਬਿਲਕੁਲ ਉਹਨੂੰ ਕੋਈ ਟੈਨਸ਼ਨ ਸੀ, ਉਹਦੀ ਅਗਨੇਸ਼ੀਆ ਅਤੇ ਨੈਟਰਮੇ ਔਰ ਮੈਂ ਦਿੰਦਾ ਰਿਹਾ ਦਵਾਈ, ਅਤੇ ਉਹਦੇ ਨਾਲ ਉਹ ਬਿਲਕੁਲ ਠੀਕ ਹੋਇਆ, ਠੀਕ ਹੋ ਗਿਆ। ਮੈਂ ਕਿਹਾ ਕਰਾਂ ਭਾਈ ਦਵਾਈ ਚਾਹੇ ਮਹੀਨੇ ਦੀ ਲੈ ਜਾ, ਦੋ ਦੀ ਲੈ ਜਾ। ਉਹ ਕਹਿੰਦੇ ਕਰੇ ਨਹੀਂ ਵੀ ਮੈਂ ਵੀਰ ਜੀ ਤੁਹਾਡੇ ਕੋਲ ਆਪ ਆਇਆ ਕਰੂੰ, ਮੈਨੂੰ ਚੁਭਿਆ ਕਰੇ ਵੀ ਵਿਚਾਰੀ ਕੁੜੀ ਕਤਰੀ, ਉਹ ਕਿੰਨੇ ਪੈਸੇ ਲੱਗ ਜਾਂਦੇ ਆ, ਆਉਂਦੀ ਆ, ਇਹ ਮੇਰੇ ਕੋਲ ਰਿਕਾਰਡ ਹੈਗਾ ਉਹਦਾ, ਅਤੇ ਉਹ ਦਵਾਈ ਲੈਣ ਆਉਂਦੀ ਹੁੰਦੀ ਆ। ਹਾਂ, ਜਿੱਥੋਂ ਤੱਕ ਰਹੀ ਕਾਹਲੇ ਬਣਦੀ ਜੀ, ਇੱਕ ਵਾਰ ਇੱਕ ਸ਼ਰਾਬੀ ਮੇਰੇ ਕੋਲ ਆਇਆ, ਕਹਿੰਦਾ ਬਾਈ ਰਾਤ ਸ਼ਰਾਬ ਬਹੁਤ ਹੀ ਪੀਤੀ ਗਈ ਸਿਰ ਦੁਖ, ਜਿੱਥੇ ਦਾ ਕਾਰਨ ਬਿੰਦ 'ਚ ਹੀ ਮਿਲ ਜਾਂਦਾ ਜੀ, ਬਿਲਕੁਲ ਉੱਥੇ ਗੱਲਾਂ ਕਰਦੇ ਹੀ ਨਹੀਂ ਬਹੁਤੀਆਂ, ਲੋੜ ਹੀ ਨਹੀਂ ਪੈਂਦੀ। ਇਹ ਗੱਲ ਤਾਂ ਆਪਾਂ ਇਹ ਲੋਕਾਂ ਨੂੰ ਦੱਸਣਾ ਚਾਹੁੰਦੇ ਹਾਂ ਵੀ ਉਹਦਾ ਕਾਜ ਟਰੇਸ ਆਊਟ ਕਰਨ ਦੇ ਲਈ ਜਾਣਾ ਪੈਂਦਾ, ਹੋਰ ਕੋਈ ਗੱਲ ਨਹੀਂ। ਜਦੋਂ ਉਹਨੇ ਦੱਸਿਆ ਵੀ ਸਿਰ ਦੁਖਦਾ, ਪੀਤੀ ਸ਼ਰਾਬ ਆ, ਕਾਜ ਉਹਦਾ ਅਲਕੋਹਲ ਬਣ ਗਈ, ਲੱਭ ਗਿਆ, ਨਕਸ ਭੂਮਿਕਾ ਦਿੱਤੀ। ਜਦੋਂ ਨੂੰ ਬੰਦਾ ਗੋਲੀ ਖਾਣ ਦੀ ਤਿਆਰੀ ਕਰਦਾ, ਗੋਲੀ ਖਾਂਦਾ ਐਲੋਪੈਥੀ ਪਾਣੀ ਨਾਲ, ਉਹ ਬਾਅਦ 'ਚ ਅਸਰ ਕਰਦੀ ਆ, ਉਦੋਂ ਪਹਿਲਾਂ ਤਾਂ ਮਿੰਟ 'ਚ ਠੀਕ ਹੋ, ਠੀਕ ਹੋ। ਇਹ ਪੈਰ 'ਤੇ ਪੀਰੀ ਵਿਖਾਉਂਦੀ ਆ, ਕਿਸੇ ਦੀ ਹੈੱਡ ਇੰਜਰੀ ਹੋ ਜਾਏ, ਐਕਸੀਡੈਂਟ ਹੋ ਜਾਏ, ਮੈਂ ਕਹਿੰਦਾ ਆਰਨਿਕਾ ਤੁਸੀਂ ਜੇਬ 'ਚ ਰੱਖੋ 30, ਉਹ ਨਹੀਂ ਖਾ ਲਓ, ਤੁਹਾਡਾ ਕੋਈ ਬ੍ਰੇਨ ਟਿਊਮਰ ਨਹੀਂ ਹੋਊ, ਬੰਦਾ ਅਨਕੌਂਸ਼ੀਅਸ ਨਹੀਂ ਹੋਊ। ਇਹ ਹੋਮਿਓਪੈਥੀ ਦੇ ਟਿਪਸ ਪਏ ਨੇ, ਟਿਪਸ ਪਏ ਨੇ, ਬਿਲਕੁਲ। ਇਹ ਇਕੱਲਾ ਮੇਰੇ, ਮੈਂ ਨਹੀਂ ਕਹਿੰਦਾ, ਜਿਹੜੇ ਹੋਮਿਓਪੈਥੀ ਸਾਰਿਆਂ ਨੂੰ ਇਹ ਗਿਆਨ, ਬਿਲਕੁਲ। ਇਸ ਤਰ੍ਹਾਂ ਦੀਆਂ ਗੱਲਾਂ, ਇਹ
ਜਿਹੜਾ ਕਹਿੰਦਾ ਵੀ ਟਾਈਮ ਬਹੁਤਾ ਲੈਂਦੇ ਉਹ ਰੂਟ ਦੇ ਜਾਣ ਦੀ ਗੱਲ ਹੁੰਦੀ ਜਾਣ ਦੀ ਗੱਲ ਸੋ ਦੋਸਤੋ ਬਹੁਤ ਵਧੀਆ ਗੱਲ ਹੈ ਕਿ ਜਿਹੜੀ ਹੋਮੋਪੈਥੀ ਹੈ ਜਿਹੜੀ ਗੱਲ ਅਸਲ ਸਾਹਮਣੇ ਆਉਂਦੀ ਹੈ ਕਿ ਇਹ ਜਿਵੇਂ ਕਹਿੰਦੇ ਕਮਲਾ ਨਾ ਮਰੇ ਕਮਲੇ ਦੀ ਮਾਂ ਮਰੇ ਕਿਤੇ ਇਹੋ ਜਿਹਾ ਹੋਰ ਨਾ ਜੰਮ ਤਰੇ ਰੂਟਸ ਜੜ੍ਹ ਨੂੰ ਫੜਦੀ ਹੈ ਅਤੇ ਜਿਹੜੀ ਐਲੋਪੈਥੀ ਆ ਡਾਕਟਰ ਸਾਹਿਬ ਨੇ ਬਹੁਤ ਵਧੀਆ ਗੱਲ ਕਹੀ ਮੈਂ ਦੱਸ ਦੇਣਾ ਇਹਨਾਂ ਦੀ ਇਸ ਹੌਸਲੇ ਦੀ ਕਿ ਇਹ ਗੱਲ ਕਹਿਣਾ ਕਿ ਐਲੋਪੈਥੀ ਵੀ ਮਾੜੀ ਨਹੀਂ ਹੈ ਹੋਮੋਪੈਥੀ ਵੀ ਮਾੜੀ ਨਹੀਂ ਹੈ ਸੋ ਜਿਹੜਾ ਆਯੁਰਵੈਦਿਕ ਵੀ ਮਾੜੀ ਨਹੀਂ ਹੈ ਪੈਥੀ ਕੋਈ ਮਾੜੀ ਨਹੀਂ ਹੈ ਪੈਥ ਮਾੜਾ ਹੋ ਸਕਦਾ ਪੈਥ ਮਾੜਾ ਹੋ ਸਕਦਾ ਪੈਥੀ ਕੋਈ ਮਾੜੀ ਨਹੀਂ ਹੁੰਦੀ ਡਾਕਟਰ ਸਾਹਿਬ ਜਿਹੜਾ ਤੁਹਾਡਾ ਕਿੱਤਾ ਹੈ ਡਾਕਟਰੀ ਹੋਮੋਪੈਥੀ ਵਾਲੇ ਪਾਸੇ ਇਸ ਪਾਸੇ ਫਿਰ ਉੱਧਰ ਕਿਵੇਂ ਮੈਂ ਇਹ ਇੱਥੇ ਇੱਥੇ ਇੱਕ ਛੋਟੀ ਜਿਹੀ ਗੱਲ ਵਿਚਾਲੇ ਰਹੇਗੀ ਜੀ ਜੇ ਜਿਹੜੇ ਪੁੱਤਾਂ ਵਾਲੇ ਧੀ ਵਾਲੇ ਤੋਂ ਦਾਜ ਮੰਗਦੇ ਆ ਜੀ ਉਹ ਕੁੜੀ ਦੇ ਵੀ ਮਨ 'ਤੇ ਪੈਂਦਾ ਵੀ ਇਹਨਾਂ ਨੇ ਇੰਨੇ ਪੈਸੇ ਮੰਗ ਲਏ ਬਿਲਕੁਲ ਬਿਲਕੁਲ ਉੱਥੇ ਉਹਦੀ ਆਤਮਾ ਨੂੰ ਬਟੇ ਚੜ੍ਹਦੇ ਬਿਲਕੁਲ ਬਿਲਕੁਲ ਇਹ ਮੈਨੂੰ ਗਿਆਨ ਹੁਣ ਹੁੰਦਾ ਉਸ ਵੇਲੇ ਨਹੀਂ ਸੀ ਨਹੀਂ ਸੀ ਉਸ ਵੇਲੇ ਤਾਂ ਮੈਂ ਸਮਰਪਿਤ ਸੀ ਬਾਬੇ ਨਾਨਕ ਦੀ ਸਿੱਖੀ ਇੱਕ ਵਿਚਾਰਧਾਰਾ ਨੂੰ ਵਿਚਾਰਧਾਰਾ ਨੂੰ ਅਤੇ ਆਪਣੇ ਮਾਰਕਸਵਾਦ ਵਿਚਾਰਾਂ ਨੂੰ ਬਿਲਕੁਲ ਵਿਚਾਰਧਾਰਾ ਨੂੰ ਸਮਰਪਿਤ ਸੀ ਪਰ ਇਹਦਾ ਗਿਆਨ ਹੁਣ ਹੋਮੋਪੈਥੀ ਅਤੇ ਗੁਰਬਾਣੀ ਪੜ੍ਹੇ ਤੋਂ ਪਤਾ ਲੱਗਦਾ ਜਦੋਂ ਕੁੜੀ ਨੂੰ ਮਹਿਸੂਸ ਹੁੰਦਾ ਵੀ ਮੈਨੂੰ ਵਧੀਆ ਘਰ ਵਾਲਾ ਮਿਲ ਗਿਆ ਮੇਰੇ ਮਾਂ ਬਾਪ 'ਤੇ 10 ਪੈਸੇ ਨਹੀਂ ਲੱਗਣ ਦਿੱਤੇ ਬਿਲਕੁਲ ਹਾਲਾਂਕਿ ਉਹ ਦੇ ਸਕਦੇ ਸੀ ਬਿਲਕੁਲ ਪਰ ਮੈਂ ਆਪਦੀ ਪਵਿੱਤਰ ਸੋਚ 'ਤੇ ਖੜਾ ਸੀ ਵੀ ਨਹੀਂ ਸੰਤ ਰਾਮ ਦਾਸੀ ਦਾ ਇੱਕ ਗੀਤ ਸੀ ਧੀਆਂ ਦਿਆ ਬਾਬ ਲਾਵੇ ਪੁੱਤਾਂ ਦੀ ਜੰਗੀਰਾਂ ਨਾਲ ਖਾਲੀ ਪੱਲੇ ਹੋਣੇ ਨਹੀਂ ਇਸ ਤਰ੍ਹਾਂ ਹੈ ਜੀ ਖਾਲੀ ਪੱਲੇ ਹੋਣੇ ਨਹੀਂ ਵਿਹਾਰ ਮੂੰਹ 'ਚ ਹੱਡ ਦਿੱਤੇ ਬਿਨਾਂ ਪੂੰਜੀਪਤ ਯੁੱਗ ਵਿੱਚ ਦੁਨੀਆ ਨੂੰ ਆਉਂਦਾ ਨਾਟਕਾ ਫੁੱਲਾਂ ਨਾਲੋਂ ਹੋਈ ਕੁੜੀ ਪੂੰਜੀਪਤ ਯੁੱਗ ਵਿੱਚ ਜਾਪਦੀ ਏ ਗੱਡੇ ਜਿੰਨਾ ਪਾ ਅਸੀਂ ਇਹ ਫੈਸਲਾ ਲਿਆ ਸੀ ਵੀ ਅਸੀਂ ਉਹ ਭਾਰ ਨਹੀਂ ਬਣਦੇ ਹਾਂ ਭਾਰ ਨਹੀਂ ਬਣਦੇ ਇੱਥੋਂ ਹੀ ਬੱਚਿਆਂ ਦੀ ਜਿਹੜੀ ਪੈਦਾਇਸ਼ ਹੁੰਦੀ ਆ ਉਹ ਅਸਰ ਪੈਂਦਾ ਬਿਲਕੁਲ ਬਿਲਕੁਲ ਜਦੋਂ ਕਿਉਂਕਿ ਮੈਂ ਉਦੋਂ ਬਾਅਦ ਸਾਰਾ ਡੀਪਲੀ ਸਟੱਡੀ ਕੀਤੀ ਆ ਹੁਣ PhD ਦਾ ਸਟੂਡੈਂਟ ਹੋਣ ਕਰਕੇ ਜੀ ਇੱਥੇ ਤੁਸੀਂ ਸੱਚੋ ਆਪੇ ਹੀ ਗੱਲ ਸ਼ੁਰੂ ਹੋ ਗਈ PhD ਬਾਰੇ ਦੱਸੋ PhD ਉਹ ਵੀ ਮੈਂ ਦੱਸਦਾ ਹੁਣ ਸਟੈਪ ਬਾਈ ਸਟੈਪ ਹੁਣ ਤਾਂ ਪਤਾ ਲੱਗਦਾ ਵੀ ਇਹੀ ਕੁਛ ਵੇਦ ਕਹਿੰਦੇ ਨੇ ਇਹੀ ਸਾਡੇ ਜਿੰਨੇ ਹੈਗੇ ਨੇ ਦਰਸ਼ਨ ਉਹ ਕਹਿੰਦੇ ਨੇ ਇਹੀ ਗੁਰਬਾਣੀ ਕਹਿੰਦੀ ਆ ਬਿਲਕੁਲ ਬਿਲਕੁਲ ਤੁਹਾਡੀ ਪਵਿੱਤਰ ਦੇ ਅਤੇ ਨਾ ਪਵਿੱਤਰਤਾ ਦਾ ਨਾਲ ਹੀ ਜੁੜਦਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਅਤੇ ਇਹੀ ਤੁਹਾਡਾ ਬੇਸ ਬਣਦੇ ਨੇ ਸਾਰੇ ਜੀ ਉਦੋਂ ਮੈਂ ਕੁਦਰਤੀ ਤੌਰ 'ਤੇ ਇਹਦੇ ਇਹਨਾਂ ਤੋਂ ਲੜੇ ਸੀ ਕਿਆ ਬਾਤ ਹੈ ਸੋ ਦੋਸਤੋ ਗੱਲਾਂ ਬਹੁਤ ਸਾਰੀਆਂ ਨਿਕਲ ਕੇ ਆਉਣੀਆਂ ਨੇ ਕਿ ਇੱਕ ਪਾਸੇ ਮਾਰਕਸਵਾਦ ਇੱਕ ਪਾਸੇ ਗੁਰੂ ਸਾਹਿਬ ਦੀ ਬਾਣੀ ਅਤੇ ਕਿਵੇਂ ਉਸ ਮਾਰਕਸਵਾਦ ਦੇ ਪ੍ਰਭਾਵ ਹੇਠ ਇਹਨਾਂ ਨੇ ਜ਼ਿੰਦਗੀ ਸ਼ੁਰੂ ਕੀਤੀ ਅਤੇ ਅੱਜ ਇਸ ਲੈਵਲ 'ਤੇ ਆ ਕੇ ਉਹ ਕਹਿ ਰਹੇ ਆ ਆਪਣੇ ਮੂੰਹੋਂ ਕਿ ਉਹਨਾਂ ਨੇ ਉਸ ਚੀਜ਼ ਨੂੰ ਸਮਝਿਆ ਹੋਣਾ ਉਦੋਂ ਉਸ ਵਿਚਾਰਧਾਰਾ ਨਾਲ ਜੁੜ ਕੇ ਉਹਨਾਂ ਨੇ ਉਸ ਪਾਸੇ ਵੱਲ ਮੂੰਹ ਕੀਤਾ ਉਸ ਪਾਸੇ ਵੱਲ ਆਪਣੀ ਜ਼ਿੰਦਗੀ ਨੂੰ ਤੋਰਿਆ ਪਰ ਅੱਜ ਉਹਦੀ ਅਸਲ ਸਮਝ ਉਹਨਾਂ ਨੂੰ ਆ ਰਹੀ ਆ ਅਤੇ ਡਾਕਟਰ ਸਾਹਿਬ ਨਾਲ ਅਸੀਂ ਬਹੁਤ ਬਰੀਕੀ ਨਾਲ ਗੱਲਾਂ ਕਰ ਰਹੇ ਹਾਂ ਹਰ ਟੋਪਿਕ ਦੇ ਉੱਤੇ ਖਾਸ ਕਰਕੇ ਕਿਉਂਕਿ ਉਹਨਾਂ ਦਾ ਕਿੱਤਾ ਡਾਕਟਰੀ ਆ ਹੋਮੋਪੈਥੀ ਆ ਅਤੇ ਹੋਮੋਪੈਥੀ ਉਹ ਸਬਜੈਕਟ ਆ ਜਿਹਦੇ ਉੱਤੇ ਵੀ ਅਸੀਂ ਸਾਰਾ ਦਿਨ ਗੱਲਾਂ ਕਰਦੇ ਰਹੀਏ ਅਤੇ ਸ਼ਾਇਦ ਸਾਡੇ ਕੋਲ ਸਮਾਂ ਥੋੜ੍ਹਾ ਹੋ ਜਾਣਾ ਘੱਟ ਜਾਣਾ ਡਾਕਟਰ ਸਾਹਿਬ ਦੀ ਪਰਸਨੈਲਿਟੀ ਦੇ ਵਿੱਚ ਇੱਕ ਜਿਹੜੀ ਸਭ ਤੋਂ ਵਧੀਆ ਖਾਸੀਅਤ ਹੈ ਜਿਹੜੀ ਮੈਨੂੰ ਜਿਹਨੇ ਦੀ ਤੋਂ ਮੈਂ ਮੁਤਾਸਰ ਹੋਇਆ ਉਹ ਆ ਕਿ ਡਾਕਟਰ ਸਾਹਿਬ ਦੀ ਪਰਸਨੈਲਿਟੀ ਸਾਹਿਤ ਦੇ ਨਾਲ ਬਹੁਤ ਜ਼ਰੂਰੀ ਹੈ ਸਾਹਿਤ ਉਹ ਵਿਧਾ ਜਿਹੜੀ ਸਮਾਜ ਨੂੰ ਸੇਧ ਦਿੰਦੀ ਹੈ ਸਾਹਿਤ ਉਹ ਵਿਧਾ ਜਿਹੜੀ ਸਭ ਦਾ ਭਲਾ ਚਾਹੁੰਦੀ ਹੈ ਸੋ ਸਾਹਿਤ ਨਾਲ ਡਾਕਟਰ ਉਹਨਾਂ ਦਾ ਕੀ ਸਾਂਝ ਹੈ ਕੀ ਉਹਨਾਂ ਦੀ ਕਿਉਂਕਿ ਜਦੋਂ ਮੈਂ ਇਹਨਾਂ ਦੇ ਕਲੀਨਿਕ 'ਤੇ ਆਇਆ ਸੀ ਤਾਂ ਕਲੀਨਿਕ 'ਚ ਵੜਦਿਆਂ ਸਾਰ ਹੀ ਦੁਆਰਾਂ ਦੇ ਕੰਧਾਂ ਦੇ ਦੋਵਾਂ ਪਾਸੇ ਕਿਤਾਬਾਂ ਚਿੜੀਆਂ ਹੋਈਆਂ ਨੇ ਅਤੇ ਪਹਿਲੀ ਵਾਰੀ ਜਦੋਂ ਮੈਂ ਕਿਤਾਬਾਂ ਦੇਖੀਆਂ ਤਾਂ ਮੈਨੂੰ ਇਹ ਲੱਗਿਆ ਕਿ ਮੈਂ ਸ਼ਾਇਦ ਕਿਸੇ ਡਾਕਟਰ ਕੋਲ ਨਹੀਂ ਸ਼ਾਇਦ ਮੈਂ ਕਿਸੇ ਲਾਇਬ੍ਰੇਰੀ 'ਚ ਆ ਗਿਆ ਹੋਵਾਂ ਪਰ ਜਦੋਂ ਡਾਕਟਰ ਸਾਹਿਬ ਨਾਲ ਮਿਲੇ ਇਹਨਾਂ ਨਾਲ ਗੱਲਾਂ ਕੀਤੀਆਂ ਅਤੇ ਫਿਰ ਇਹਨਾਂ ਦੀ ਪਰਸਨੈਲਿਟੀ ਦਾ ਇੱਕ ਦੂਜਾ ਪੱਖ ਜਿਹੜਾ ਮੈਨੂੰ ਲੱਗਦਾ ਕਿ ਅਸਲ ਪੱਖ ਉਹ ਆ ਕਿੱਤਾ ਰੋਜ਼ੀ ਰੋਟੀ ਲਈ ਆ ਉਹ ਅਸੀਂ ਚਲਾਉਣਾ ਪਰ ਜਿਹੜਾ ਸੋਹਜ ਭੁੱਖ ਆ ਜਿਹੜੀ ਮਨ ਦੀ ਭੁੱਖ ਆ ਉਹ ਕਿੱਥੋਂ ਮਿਟਦੀ ਹੈ ਅਸੀਂ ਜਦੋਂ ਮੈਂ ਤੁਹਾਡੇ ਕਲੀਨਿਕ ਆਇਆ ਮੈਂ ਦੇਖਿਆ ਕਿ ਦੁਆਰਾਂ ਦੇ ਦੋਵਾਂ ਪਾਸੇ ਜਿਹੜੀਆਂ ਉਹ ਕਿਤਾਬਾਂ ਵੱਖ ਵੱਖ ਲੇਖਕਾਂ ਦੀਆਂ ਉਹਦੇ 'ਚ ਪੋਇਟਰੀ ਵੀ ਆ ਉਹਦੇ 'ਚ ਵਾਰਤਕ ਵੀ ਆ ਉਹਦੇ 'ਚ ਸੈਮੀਨਾਰ ਵੀ ਨੇ ਉਹਦੇ 'ਚ ਸੋਵੀਨੋਰ ਵੀ ਨੇ ਸਾਹਿਤ ਵਾਲੇ ਪਾਸੇ ਕਿਵੇਂ ਚੇਟਕ ਲੱਗੀ ਤੁਹਾਨੂੰ ਪ੍ਰੋਫੈਸਰ ਵਿਰਕ ਸਾਹਿਬ ਸਾਡਾ ਜਦੋਂ ਅਸੀਂ ਪੜ੍ਹਦੇ ਸੀ ਮਤਲਬ ਹਰੇਕ ਸੈਚਰਡੇ ਨੂੰ ਜੀ ਸਾਡੀ ਮਤਲਬ ਬਾਲ ਸਭਾ ਬਾਲ ਸਭਾ ਹੋ ਮੈਂ ਜਦੋਂ 8ਵੀਂ 'ਚ ਸੀ ਉਦੋਂ ਗੀਤ ਲਿਖਣ ਲੱਗ ਗਿਆ ਸੀ ਕਿਆ ਬਾਤ ਸ਼ਬਦ ਜੋੜ ਸ਼ਬਦ ਜੋੜ ਹਾਂ ਅਤੇ ਫਿਰ ਸਾਡੇ ਪਿੰਡ ਸੰਤਾਂ ਦੀ ਵਰਸੀ ਮਨਾਈ ਜਾਂਦੀ ਹੈ ਸੰਤ ਬਾਬਾ ਸੁੰਦਰ ਸਿੰਘ ਦੀ ਜੀ ਦੂਰੋਂ ਦੂਰੋਂ ਕਵਿਸ਼ਰ ਆਉਂਦੇ ਜੀ ਪਾਲ ਸਿੰਘ ਪੰਛੀ ਰੋਡਿਆਂ ਵਾਲੇ ਕਵਿਸ਼ਰ ਜੀ ਅਮਰ ਸਿੰਘ ਸ਼ੌਂਕੀ ਕਿਆ ਬਾਤ ਅਤੇ
चंदन का जथा, योगी का जथा, हरचंद सिंह जांगपुरी जी, ਉਹਨਾਂ ਜਦੋਂ ਤੇ ਆਪਣੇ ਰਾਮੂ ਵਾਲੀਆਂ ਦਾ, ਅੱਛਾ ਪਾਰਸ ਰਾਮੂ ਵਾਲੀ, ਹਾਂ ਕਰਨੈਲ ਸਿੰਘ, ਹਾਂ ਕਰਨੈਲ ਸਿੰਘ ਦਾ, ਉਹਦੇ ਚੰਦ ਸਿੰਘ ਜੰਡੀ ਅਤੇ ਰਣਜੀਤ ਸਿੰਘ ਸਿੱਧਵਾਂ ਜੀ, ਉਹ ਮੈਂ ਕਿਉਂ ਪਹਿਲਾਂ ਹੀ ਅੰਦਰੋਂ ਰੁਚੀਆਂ ਸੀ ਜੀ, ਬਿਲਕੁਲ ਉਹਨਾਂ ਨੂੰ ਸੁਣਦੇ। ਮੇਰਾ ਮਿੱਤਰ ਆ ਰਜਿੰਦਰ ਸਿੰਘ ਟੱਲੇਆਲ ਤੋਂ, ਕਲਾਸ ਪਹਿਲੋ ਮੇਰਾ ਜੀ, ਉਹਨਾਂ ਦੇ ਘਰ ਹਰ ਵਾਰੀ ਇੱਕ ਕਵਿਸ਼ਰ ਦਾ ਉਤਾਰਾ ਹੁੰਦਾ ਜੀ, ਮੈਨੂੰ ਉਹਨਾਂ ਦੀ ਸੇਵਾ ਕਰਨ ਦਾ ਮੌਕਾ ਮਿਲਦਾ। ਮੇਰੀ ਰੁਚੀ ਸੀ ਵੀ ਮੈਂ ਇਹਨਾਂ ਤੋਂ ਸੇਵਾ ਕਰਾਂ ਅਤੇ ਹੋਰ ਸਿੱਖਾਂ ਕੁਛ ਜੀ, ਉਹਨਾਂ ਤੋਂ ਪ੍ਰਭਾਵਿਤ ਹੋਇਆ ਜੀ। ਮੇਰੇ ਵੱਡੇ ਭਾਈ ਹਰੀ ਸਿੰਘ ਜੀ, ਉਹ ਬੈਂਜੋ ਵਜਾਉਂਦੇ ਹੁੰਦੇ, ਮੇਰੀ ਮਾਤਾ ਜੀ ਜੀ ਹਾਰਮੋਨੀਆ ਵਜਾਉਂਦੇ ਜੀ, ਮੇਰਾ ਮਾਮਾ ਗੁਰਦੀਪ ਸਿੰਘ ਉਹ ਛੈਣੇ ਵਜਾਉਂਦੇ, ਕਿਆ ਬਾਤ ਹੈ, ਅਤੇ ਇੱਕ ਮੇਰਾ ਮਾਮਾ ਭਰਪੂਰ ਸਿੰਘ ਢੋਲਕੀ ਵਜਾਉਂਦਾ, ਘਰ ਹੀ ਮਤਲਬ ਆਸਾ ਵੀ ਬਾਹਰ ਲਾਉਂਦੇ ਡੇਲੀ। ਉੱਧਰੋਂ ਮੇਰੇ ਬਾਬਾ ਜੀ ਜੈਤੋ ਦੇ ਮੋਰਚੇ ਦੇ ਫਰੀਡਮ ਫਾਈਟਰ ਸੀ ਜੀ, ਉੱਧਰੋਂ ਮੇਰੇ ਮਾਮਾ ਜੀ ਨਾਨਾ ਜੀ ਜੀ ਸਰਦਾਰ ਕਾਹਨ ਸਿੰਘ ਸਿੱਖੀ ਸਿਧਾਂਤਾਂ ਨਾਲ ਪਰਨਾਏ ਹੋਏ ਸੀ ਜੀ। ਜਦੋਂ ਉਹਨਾਂ ਨੇ ਰਿਸ਼ਤਾ ਕੀਤਾ ਮੇਰੀ ਮਾਂ ਦਾ, ਅਤੇ ਕੋਈ ਰੁਪਈਆ ਨਹੀਂ ਦਿੱਤਾ, ਗਲ 'ਚ ਕਿਰਪਾਨ ਪਾ ਕੇ ਗਏ ਸੀ ਮੇਰੇ ਪਿਤਾ ਜੀ ਦੇ, ਅਤੇ ਨੰਗੇ ਮੂੰਹ ਉਸ ਵੇਲੇ ਆਨੰਦ ਕਾਰਜ ਹੋਏ ਸੀ ਉਸ ਵਕਤ, ਬੜਾ ਸਿੱਖੀ ਮੇਰਾ ਤੋਂ ਉਹਨਾਂ ਦਾ ਪ੍ਰਭਾਵ ਸੀ। ਮੇਰਾ ਮਾਮਾ ਗਾਉਂਦਾ ਹੁੰਦਾ ਸੀ ਸਰਦਾਰ ਗੁਰਦੀਪ ਸਿੰਘ ਜੀ, ਅਤੇ ਬਾਬਾ ਜੈ ਬਾਬਾ ਸਰਦਾਰ ਬਸੰਤ ਸਿੰਘ ਜੈਤੋ ਦੇ ਮੋਰਚੇ ਦਾ ਫਰੀਡਮ ਫਾਈਟਰ ਸੀ, ਬਾਪੂ ਜੀ ਮੇਰੇ ਸਰਦਾਰ ਹਰਚੰਦ ਸਿੰਘ ਉਹ ਸੀ ਪੀ ਆਈ ਦੇ ਵਰਕਰ ਸੀ, ਅਤੇ ਉਹ ਗਾਉਂਦੇ ਇਹ ਮਤਲਬ, ਅਤੇ ਮੈਂ ਕਵਿਸ਼ਰੀ ਦਾ ਮੇਰੇ 'ਤੇ ਵੱਧ ਪ੍ਰਭਾਵ ਗੁੜਤੀ ਦਾ ਜਿਹੜਾ ਉਹ, ਹਾਂ ਮੁੱਢ ਤੋਂ ਹੀ, ਜਾਣੀ ਮੇਰੇ ਮਾਂ ਤੋਂ ਬਾਅਦ, ਕਿਉਂ ਫਿਰ ਬਾਬਾ ਜੈਤੋ ਦੇ ਮੋਰਚੇ ਦਾ ਫਰੀਡਮ ਫਾਈਟਰ ਹੋਣ ਕਰਕੇ ਦੇਸ਼ ਭਗਤ ਆਉਂਦੇ ਰਹਿੰਦੇ, ਦੇਸ਼ ਭਗਤ ਸਾਨੂੰ ਗੱਲਾਂ ਸੁਣਾਉਂਦੇ, ਅਤੇ ਉਹ ਰੁਚੀ ਉੱਧਰ ਹੀ ਰੁਚੀ ਕਨਵਰਟ ਹੋਈ। ਫਿਰ ਉਦੋਂ ਬਾਅਦ ਦਸਵੀਂ 'ਚ ਪੜ੍ਹੇ ਜੀ, ਫਿਰ ਜਦੋਂ ਮੈਂ ਲੁਧਿਆਣੇ ਪੜ੍ਹਦਾ ਸੀ ਉੱਥੇ ਅਮਨ ਸਿੰਘ ਗਿੱਲ ਵੀ ਲਿਖਦਾ ਹੁੰਦਾ ਸੀ, ਮੈਂ ਵੀ ਲਿਖਦਾ ਸੀ ਜੀ, ਉੱਥੇ ਅਸੀਂ ਸਟੇਜਾਂ 'ਤੇ ਯੂਨੀਵਰਸਿਟੀ ਵੀ ਗਾਉਣ ਲੱਗ ਗਏ। ਕਿਆ ਬਾਤ, ਅਤੇ ਉਹ ਕਿਹਾ ਕਰਨ ਵੀ ਯਾਰ ਜਿਹੜੇ ਉਹ ਗਰੀਬੜੇ ਦੇ ਆ ਉਹਨਾਂ ਤੋਂ ਸੁਣਨਾ, ਅਤੇ ਸਾਨੂੰ ਇਨਾਮ ਵੀ ਬਹੁਤ ਮਿਲ ਜਾਂਦਾ ਹੁੰਦਾ ਸੀ। ਕਿਆ ਬਾਤ, ਅਤੇ ਅਸੀਂ ਪਰ ਗਾਉਣ ਲਈ ਗਾਉਣ ਜਾਂਦੇ, ਪੈਸੇ ਕਮਾਉਣ ਦਾ ਸਾਧ ਨਹੀਂ, ਉਹ ਇੱਕ ਸੋਝ ਭੁੱਖ ਜਿਹੜੀ ਅੰਦਰ ਜਿਹੜੀ ਤ੍ਰਿਪਤੀ। ਫਿਰ ਜਦੋਂ ਇੱਥੇ ਬਰਨਾਲੇ ਸਹਿਤ ਸਭਾਵਾਂ ਹੁੰਦੀਆਂ ਜੀ, ਮੈਂ ਆਉਂਦਾ ਰਾਮ ਸਰੂਪ ਪਣਖੀ ਨਾਲ ਵਾਹ ਪਿਆ ਮੇਰਾ, ਮੈਂ ਉਦੋਂ ਆ ਗਿਆ ਸੀ ਪੱਖੋ ਜੀ, ਉੱਥੇ ਅਸੀਂ ਜਗਤਾਰ ਜਜੀਰਾ ਉੱਗੋ ਕਹਿ ਤੋਂ ਜੀ, ਜਗਜੀਤਪੁਰੇ ਤੋਂ ਮਾਸਟਰ ਜੀ ਸੀ ਜੀ, ਗੁਰਚਰਨ ਮਾਸਟਰ ਭੋਤਨੇ ਵਾਲਾ ਜੀ, ਹਰਭਜਨ ਸਰਪੰਚ ਭੋਤਨੇ ਵਾਲਾ, ਜਸਵੰਤ ਸਿੰਘ ਸੇਖੋ ਭੋਤਰਿਆਂ ਤੋਂ ਜੀ, ਜਰਨੈਲ ਅਚਰਾਲ ਅਚਰਾਲ ਤੋਂ ਜੀ, ਅਮਨ ਅਚਰਾਲੀਆ, ਉਹ ਆਪਣੇ ਸਾਡੇ ਵਾਰ ਨੂੰ ਉੱਥੇ ਇਕੱਠੇ ਹੁੰਦੇ ਸੀ ਜੀ, ਅਤੇ ਉੱਥੇ ਅਸੀਂ ਆਪਦੀਆਂ, ਇਹ ਹੁੰਦਾ ਵੀ ਹਰ ਵਾਰੀ ਰਚਨਾ ਕੋਈ ਲੈ ਕੇ ਆਓ। ਉਸ ਤੋਂ ਪਹਿਲਾਂ ਦਾ ਇੱਕ ਸਟੈਪ ਮੈਂ ਭੁੱਲ ਗਿਆ, ਸੰਤ ਰਾਮ ਦਾਸ ਜੀ ਦੀ ਬਦਲੀ ਬਿਹਲੀ ਸੀ, ਬਿਹਲੇ ਕੋਲ ਬਿਹਲੀ ਆ ਜੀ, ਉੱਥੇ ਜਸਵੰਤ ਮਾਸਟਰ ਦੀ ਸੀਗੀ ਪੋਸਟ, ਉਹ ਅਸੀਂ ਫੈਸਲਾ ਕਰ ਲਿਆ ਵੀ ਆਪਾਂ ਇਕੱਠੇ ਹੋਇਆ ਕਰਾਂਗੇ, ਮੈਂ ਤਾਂ ਪੱਖੋਂ ਤੋਂ ਜਾਇਆ ਕਰਾਂ ਉੱਥੇ, ਠੀਕ ਹੈ, ਜਰਨੈਲ ਅਚਰਵਾਲ ਆਇਆ ਕਰੇ ਮੂਮਾ ਤੋਂ ਜੀ, ਜਸਵੰਤ ਆਇਆ ਕਰੇ ਆਪਣਾ ਜਸਵੰਤਾ ਉੱਥੇ ਸੀ, ਅਮਨ ਸਿੰਘ ਗਿੱਲ ਆਇਆ ਕਰੇ ਦੇੜਕਿਆਂ ਤੋਂ, ਡਾਕਟਰ ਫਕੀਰ ਮਹਿਮਦ ਆਇਆ ਕਰੇ ਨਿਹਾਲਿਆ ਤੋਂ ਹੱਡੀਆਂ ਦੇ ਬਾਹਰ, ਅਸੀਂ ਉੱਥੇ ਬਹਿਣਾ, ਉੱਥੇ ਮਹਿਫਲ ਲੱਗ ਜਾਂਦੀ, ਮਹਿਫਲ ਲੱਗਦੀ, ਅਤੇ ਉੱਥੇ ਹਰ ਵਾਰੀ ਅਸੀਂ ਨਵੀਂ ਰਚਨਾ ਲੈ ਕੇ ਆਉਂਦੇ। ਕਿਆ ਉਦਾਸੀ ਨੇ ਕਿਹਾ ਸੀ, ਕਹਿੰਦਾ ਵੀ ਟੱਲੇ ਵਾਲੀ ਆ ਹੁਣ ਸੋਨੂੰ ਵਾਂਗ ਡਾਰ, ਮੈਂ ਵਾਂਗ ਡੋਰ ਫੜਾ ਕੇ ਚੱਲਿਆ, ਜਿਵੇਂ ਉਹਨੂੰ ਕੁਛ ਪਹਿਲੇ ਦਿਸ ਗਿਆ ਹੁੰਦਾ, ਪਤਾ ਲੱਗ ਗਿਆ ਹੁੰਦਾ ਜੀ, ਵੀ ਤੁਸੀਂ ਸਭਾ ਬਣਾਇਓ, ਸਭਾ ਦਾ ਨਾਮਕਰਨ ਵੀ ਉਹ ਰੱਖ ਗਏ ਸੀ, ਆਪਾਂ ਬਲਦੇ ਚਿਰਾਗ ਜਿਹੜੀ ਰੱਖੀ ਆ ਉਹਦੇ ਵਿੱਚ ਲਿਖਿਆ ਹੋਇਆ ਵੀ ਇਹਦਾ ਵਿਕਾਸ ਪੜਾ ਕਿਵੇਂ ਹੈ ਸਭਾ। ਹਾਂ, ਇੱਕ ਦਿਨ ਬੂਟਾ ਸਿੰਘ ਚੌਹਾਨ, ਜੰਗੀਰ ਸਿੰਘ ਦਿਲਬਰ, ਪ੍ਰੇਮ ਸਿੰਘ ਮਸਤਾਨਾ, ਪਵਨ ਪਰਿੰਦਾ ਜੀ, ਪ੍ਰੋਫੈਸਰ ਗੌੜ ਅਤੇ ਦੋ ਤਿੰਨ ਹੋਰ ਬੰਦੇ ਉੱਥੇ ਗਏ ਸਾਡੇ ਬੁਲਾਏ 'ਤੇ, ਉਹਨਾਂ ਨੇ ਕਿਹਾ ਯਾਰ ਤੁਸੀਂ ਤਾਂ ਇੰਨੇ ਬੰਦੇ ਇਕੱਠੇ ਹੁੰਦੇ ਹੋ, ਸਭਾ ਦਾ ਨਾਂ ਰੱਖ ਦਿਓ। ਉਹਨਾਂ ਨੇ ਰੱਖਤਾ ਵੀ ਮਾਲਵਾ ਸਾਹਿਤ ਸਿਰਜਣਾ, ਪਰ ਜਦੋਂ ਮੈਂ ਰਜਿਸਟ੍ਰੇਸ਼ਨ ਕਰਾਉਣ ਗਿਆ ਉਹ ਕਹਿੰਦੇ ਜੀ ਇਹਦਾ ਕੋਈ ਸਾਹਿਤਕ ਨਾਂ ਮਖਾ ਜੀ ਤੁਸੀਂ ਰੱਖ ਲਓ, ਉਦੋਂ ਇਹਦਾ ਨਾਂ ਰੱਖਤਾ ਫਿਰ ਮਾਲਵਾ ਸਾਹਿਤ ਸਭਾ ਬਰਨਾਲਾ। ਅੱਛਾ ਜੀ, ਡਾਕਟਰ ਸਾਹਿਬ ਮੈਂ ਸੁਣ ਰਿਹਾ ਕਿ ਮਾਲਵੇ ਨੂੰ ਸਾਹਿਤ ਦਾ ਮੱਕਾ ਕਿਹਾ ਜਾਂਦਾ, ਕਿ ਜਿੰਨੇ ਵੀ ਲੇਖਕ ਜਿੰਨੀਆਂ ਸਭਾਵਾਂ ਇੱਥੇ ਨੇ ਸ਼ਾਇਦ ਹੀ ਕਿਸੇ ਹੋਰ ਥਾਂ 'ਤੇ ਹੋਣ ਜੀ। ਇੱਥੇ ਇੱਕ ਸਵਾਲ ਵੀ ਆ ਕਿ ਜਦੋਂ ਸਾਡਾ ਸਾਰਿਆਂ ਦਾ ਮੁੱਢਲਾ ਸਰੋਕਾਰ ਹੈ ਕਿ ਅਸੀਂ
जिहड़े सिरजक लोग आ जिहड़े साहित नूं सेध देण वाले लोग आ जिहड़े जिन्हां ने समाज नूं सेध देणी आ जदों असीं सारिआं दा साडा कारज इक आ ते फिर मेरे जिहड़ा मेरा जाती तजर्बा है कि जदों साडा सारिआं दा मिशन इक आ ते असीं फिर इक हो के क्यों नहीं चलदे। इह सवाल थोड़ा जिहा गुंझलदार भी आ ते जवाब मैं चाहुंदा क्योंकि मैनूं उम्मीद आ तुसीं बड़ा बहुत बेबाकी नाल पहले सवालां जवाब दित्ते आ। जिवें बरनाले बारे कि इत्थे सहज सुभावां बहुत ने ते क्यों नहीं फिर साहित सभा एक हो जिथे सारे लेखक एको थां ते इकट्ठे हो सकदे। ये महिमा तां सोचदी आ जी, मैं जदों बेनती करिया करां पहलां जी जो मैं सिखे हुंदा सी वी जी मैं एक आपदे गीत दा मैनूं समां दे दिओ, गीत दा समां ही नहीं सी दित्ता जांदा जी। कई बार वो कहना भी तुसीं चलो संगरूरी, अच्छा उत्थे इकट्ठ होना उत्थे सानू सुरते गीत तो शुरुआत करवाउणे जी, नौ मैं लैंदा नहीं हुंदा किसे दा, बिल्कुल 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 लैणा नहीं चाहीदा, नहीं चाहीदा बिल्कुल। उत्थे भी असीं जाणा संगरूर तक पर पतवंतां नूं ना मिलदा रहिंदा ते सानू ना मिलदा, फिर पिछे रहि जांदा। हुण जिहड़ी अपनी इह सभा जी इत्थे कोई भी बांह खड़ी करके कहदे भी मैं गया सी मैनूं समां नहीं मिलदा ते मैं देणदार, बिल्कुल दोस्तों क्योंकि मैं डॉक्टर साहब हुणां दी सभा दे विच काफ़ी प्रोग्राम जिहड़े उन्हां दे हाजरी भरी है, मैं सुने भी हाँ। नौजवान शायर होवे चाहे कोई पुराना शायर होवे, हर जदों इन्हां दा कोई उत्थे भी समारोह हुंदा ते हर समारोह दे विच हर बंदे नूं स्टेज दे उत्तों आवाज़ मार के कहा जांदा कि होर भी कोई रह गया ते अपनी रचना सुना सकदा। सो डॉक्टर साहब ये तुहाडा बहुत वधिया यतन आ, तुसीं नवें लेखकां नूं नवें जिहड़े गीतकार ने उन्हां नूं भी मौका दिंदे हो क्योंकि मैं बहुत कुछ सुणिआ जाणी गुरबाणी चा भी नमाण्या नूं माण मां, बिल्कुल जिहदा कोई भी नहीं, मेरी एक गजल सी जिहदा कोई भी नहीं होए मैं तां उहदा यार हां, भरे दुध दे कड़ाहे दा मैं पहरेदार हां, इत्थों तक आ इहदों वध कोई नहीं। कोई रचना साडे नाल सांझी, हां रचना मैं दसदा सानूं जी। फिर मैं भदौड़ वाले डॉक्टर रमेल ने जी ते धूरी वाले डॉक्टर हरी सिंह मठाड़ू ने जी, असीं तिन्नां ने NDDY कीती लुधियाणे तों इह मैडिकल नाल संबंधित। ओके उदू बाद मैं ते डॉक्टर जसवंत सिंह सेखों ते सतपाल सिंह रायसर तो ने जी असी कठिया ने CHMS होम्योपैथिक दी कोटा यूनीवर्सिटी तो की जी। मैं ते डॉक्टर जसवंत सिंह ने MD in अल्टरनेट मेडिसन दी कलकत्ते तो की जी। उहदे विच जिहड़ियां गल्लां आउंदियां ते मेरी भावना सी भी मैं लोकां नूं दसां, ਉਹਦੇ ਲਈ ਮੈਂ ਫਿਰ ਆਪਦੀ ਕਵਿਸ਼ਰੀ ਨੂੰ ਆਧਾਰ ਬਣਾਇਆ ਕਿਉਂ ਮੈਂ ਕਵਿਸ਼ਰੀ ਦੇ ਜਿਹੜੀ ਹੈ ਗੋਦ 'ਚ ਪਲਿਆ ਗਿਆ, ਕਵਿਸ਼ਰੀ ਖੁੱਲ੍ਹੀ ਕਵਿਤਾ ਨੂੰ ਮੈਂ ਬਿਲਕੁਲ ਨਹੀਂ ਨਿੰਦਾ ਜੀ, ਪਰ ਜਿੱਥੇ ਲੋਕਾਂ ਦਾ ਇਕੱਠ ਹੋਵੇ ਉੱਥੇ ਖੁੱਲ੍ਹੀ ਕਵਿਤਾ ਤੁਸੀਂ ਗਾਈ ਜਾਓ ਲੋਕਾਂ ਦੇ ਪੱਲੇ ਨਹੀਂ ਪੈਂਦੀ, ਬਿਲਕੁਲ। ਮੈਂ ਮਹਿਸੂਸ ਕਰਦਾ ਵੀ ਜੋ ਕਵਿਸ਼ਰੀ ਪ੍ਰਭਾਵ ਛੱਡਦੀ ਆ ਉਹ ਸਾਡੀ ਗਜ਼ਲ ਵੀ ਉਨਾ ਪ੍ਰਭਾਵ ਨਹੀਂ ਛੱਡਦੀ, ਕਿਉਂ ਮੈਂ ਤਾਂ ਲੋਕਾਂ ਦਾ ਪੋਤਾ ਲੋਕਾਂ ਲਈ ਲਿਖਣਾ ਲੋਕਾਂ ਦੀਆਂ ਸੱਤਾਂ 'ਚ ਕਰਾਉਣਾ, ਬਿਲਕੁਲ। ਕੁਝ ਬੁਰਾਈਆਂ ਸਮਾਜ ਦੀਆਂ ਉਹਨਾਂ ਨੂੰ ਲੈ ਕੇ, ਕੁਝ ਨਸ਼ਿਆਂ ਨੂੰ ਲੈ ਕੇ ਜੀ, ਗੁਰੂ ਸਾਹਿਬ ਦੇ ਜੀਵਨ ਨੂੰ ਲੈ ਕੇ, ਫਿਰ ਅਸੀਂ ਮੈਂ ਮੇਰੇ ਬੇਟੇ ਨੇ ਅਤੇ ਦਰਸ਼ਨ ਸਿੰਘ ਗੁਰੂ ਨੇ ਇੱਕ ਅਸੀਂ ਨਿਮਾਣਿਆਂ ਦੇ ਮਾਣ ਜੀ ਕੈਸਟ ਰਿਲੀਜ਼ ਕੀਤੀ ਸੀ ਜੀ, ਅਤੇ ਉਹਦੇ ਲਈ ਮੈਨੂੰ 2 ਸਾਲ ਲੱਗ ਗਏ ਸੀ, ਮੈਂ ਮੇਰੀ ਪੋਤੀ ਜਿੰਦਵੀਰ ਕੌਰ ਜੀ, ਮੇਰੀ ਧਰਮ ਪਤਨੀ ਜਗਰਾਜ ਕੌਰ ਅਤੇ ਸਾਡੇ ਸਾਰਿੰਗ ਸਟੂਡੀਓ ਵਾਲੇ ਰਣਜੀਤ ਸਿੰਘ, ਸਰਦਾਰ ਰਣਜੀਤ ਸਿੰਘ ਸਾਇੰਸ ਸਟੂਡੀਓ ਵਾਲੇ ਉਹ ਨਾਲ ਜਾਂਦੇ ਜੀ, ਜਿੱਥੇ ਜਿੱਥੇ ਗੁਰੂ ਸਾਹਿਬ ਗਏ ਨੇ ਗੁਰੂ ਗੋਬਿੰਦ ਸਿੰਘ ਜੀ, ਕਿਉਂ ਉਹਨਾਂ ਦੇ ਜੀਵਨ ਨਾਲ ਸੰਬੰਧ ਸੀ, ਉੱਥੇ ਜਾ ਕੇ ਸਾਰੀਆਂ ਅਸੀਂ ਮਤਲਬ ਫੋਟੋਆਂ ਵੀ ਲਈਆਂ, ਮੂਵੀ ਬਣਾਈਆਂ, ਉਹ ਰਿਕਾਰਡ ਵੀ ਸਾਡੇ ਕੋਲ ਪਿਆ, ਕੁਝ ਗੀਤ ਹੋਰ ਵੀ ਕਵਿਸ਼ਰੀਆਂ ਆਪਣੇ ਜਲੰਧਰ, ਆਪਣੇ ਜਲੰਧਰ ਨਹੀਂ ਬਠਿੰਡਾ ਰੇਡੀਓ ਸਟੇਸ਼ਨ 'ਤੇ, ਪਟਿਆਲਾ ਰੇਡੀਓ ਸਟੇਸ਼ਨ 'ਤੇ ਗਾਏ ਆ, ਮੇਰੀ ਬੇਟੀ ਵੀ ਗਾਉਂਦੀ ਆ ਅਮਨਦੀਪ, ਉਹਨੇ ਮੇਰਾ ਗੀਤ ਇੱਕ ਰਿਕਾਰਡ ਕਰਿਆ ਖਤ ਜੀ, ਅਤੇ ਉਹ ਖਤ ਆਪਦੇ ਆਪ ਜੀ ਖਤ ਬੋਲਦਾ ਜੀ, ਭੂਮ ਕਿਉਂਕਿ ਕਵਿਤਾ ਅਤੇ ਗੀਤ ਦੀ ਭੂਮਿਕਾ ਨਹੀਂ ਹੁੰਦੀ, ਭੂਮਿਕਾ ਨਹੀਂ ਹੁੰਦੀ, ਗੀਤ ਆਪ ਹੀ ਬੋਲਦਾ, ਆਪ ਹੀ ਬੋਲਦਾ, ਅਤੇ ਜਾਣੀ ਸਾਰਾ ਪਰਿਵਾਰ ਹੀ ਗਾਉਂਦਾ, ਸਾਰਾ ਗਾਉਂਦਾ, ਅਤੇ ਉਸ ਤੋਂ ਬਾਅਦ ਮੈਂ ਮੇਰਾ ਬੇਟਾ ਡਾਕਟਰ ਅਮਨਦੀਪ ਟੱਲੇ ਵਾਲੀ ਆ, ਦਰਸ਼ਨ ਸਿੰਘ ਗੁਰੂ ਸਾਡਾ ਕਵਿਸ਼ਰੀ ਜੱਥਾ ਬਣਾਇਆ ਪਿਆ, ਅਸੀਂ ਨਾਭਾ ਉਤਸਵ ਤੱਕ ਗਾ ਕੇ ਆਉਂਦੇ ਹਾਂ, ਬਠਿੰਡੇ ਜਾਂਦੇ ਹਾਂ, ਉੱਥੇ ਗਾਉਂਦੇ ਹਾਂ, ਕਵਿਸ਼ਰੀਆਂ ਗਾਉਂਦੇ ਹਾਂ, ਲੋਕ ਸਾਨੂੰ ਬਹੁਤ ਉਤਸ਼ਾਹਿਤ ਕਰਦੇ ਆ। ਮੈਂ ਫਿਰ ਉਦੋਂ ਪਹਿਲਾਂ ਸਰਦਾਰ ਪ੍ਰੀਤਮ ਸਿੰਘ ਰਾਹੀ ਨੂੰ ਬੇਨਤੀ ਕੀਤੀ ਵੀ ਰਾਹੀ ਸਾਹਿਬ ਆ ਮੈਨੂੰ ਇਹ 75 ਦੀ ਗੱਲ ਆ ਵੀ ਆ ਅਲੰਕਾਰ ਕੀ ਹੁੰਦੇ ਆ, ਰਸਜੇ ਕੀ ਹੁੰਦੇ ਆ, ਮੈਨੂੰ ਸਮਝਾਓ। ਮੈਨੂੰ ਕਹਿੰਦਾ ਤੂੰ ਚੁੱਪ ਕਰਕੇ ਗਿਆਨੀ ਕਰ ਲਾ, ਮੈਂ ਗਿਆਨੀ ਕਰ ਲਈ, ਫਿਰ ਕਹਿੰਦਾ ਤੂੰ BA ਕਰ ਲਾ, BA ਕਰ ਲਈ, ਮੈਨੂੰ ਕਹਿੰਦਾ ਹੁਣ ਪੰਜਾਬੀ ਦੀ MA ਕਰ ਲਾ, ਮੈਂ ਪੰਜਾਬੀ ਦੀ MA ਕਰ ਲਈ, ਫਿਰ ਹਿਸਟਰੀ ਦੀ MA ਕੀਤੀ, ਫਿਰ ਰਿਲੀਜਨ ਦੀ MA ਕੀਤੀ।
डॉक्टर साहब एक मेरा सवाल जेहन च आ रहा कि कवीशरी ओ साहित दी विधा संगीत दी ओ विधा जिहड़ी सारे सरोकारों नाल जुड़ी हुई है, बिल्कुल समाजिक सरोकार आ चाहे धार्मिक कोई रीत आ चाहे होर भी कोई सरोकार ने, पर मौजूदा या समकाल दे विच इस दौर दे विच जिहड़ी कवीशरी है वह पछड़ गई है। मेरा एक जाति तजर्बा कह लो जां मैनू लगदा तुसीं मेरे नाल शायद इस गल दे विच सहमत होवोगे कि असीं कविशरी का जिहड़ा विशा है जिहड़ा उहदा कंटेंट आ उहनूं असीं छोटा कर लिया। जे इंज कहदे जी हुण कविशरी हैगी तां सिर्फ धार्मिक स्थानां ते धार्मिक स्टेजां ते गाई जांदी आ, उहदे विच जिहड़ा समाजिक सरोकारां वाला चीज़ सी उह विचों गायब हो गई है। तुसीं किहदे कोल सहमत हो इहदे नाल? नहीं, क्योंकि जिहड़ी कविशरी है ना, पहली गल तां इह किसे साजां दी लोड़ नहीं पैंदी, सब तों वड्डी इहदे नाल जिहड़े जुड़े हुए सी आम जिहड़े बेचारे घट्ट पैसे वाले सी मेरे वर्गे उही आ। अज का जमाना तड़क भड़क का जमाना। दूजी गल थोड़ी बहुत बड़ी गल करता मैं, जिहड़ी पहली कविशरी सी वह साढ़े जिहड़ा पुराना मिथिहास ते बहुत ही सी बेस्ड। अज का जमाना जिहड़ा है वह विज्ञानक का जमाना, वह कदे भी इन्हां जिहियां घटनावां दुर्घटनावां नहीं सुनणगे जिहड़ियां उहनां नूं मतलब उहदे मतलब परख ते विज्ञान की परख ते नहीं उतरदियां। पर साडियां जिहड़ियां रचनावां ने ਤੇ ਧਨੌਲੇ ਤੋਂ ਪਾਠਕ ਭਰਾਵਾਂ ਦਾ ਜਿਹੜਾ ਕਵਿਸ਼ਰੀ ਜਥਾ, ਹਾਂਜੀ ਹਾਂਜੀ, ਉਹ ਅੱਜ ਦੇ ਸੰਦਰਭ ਦੀਆਂ ਅੱਜ ਦੇ ਅਯੋਕੇ ਯੁੱਗ ਦੀਆਂ ਗੱਲਾਂ ਕਰਦੇ ਨੇ, ਤੱਥਾਂ ਦੇ ਆਧਾਰ ਤੇ ਗੱਲਾਂ ਕਰਦੇ ਤੇ ਲੋਕਾਂ 'ਚ ਇਹ ਮਕਬੂਲ ਆ, ਪ੍ਰਵਾਨ ਆ, ਜਿੱਥੇ ਵੀ ਗਾਇਆ ਜਾਂਦਾ। ਤੇ ਸਾਨੂੰ ਪਹਿਲਾਂ ਕਹਿੰਦੇ ਵੀ ਫੰਕਸ਼ਨ ਤੁਹਾਡੀ ਕਵਿਸ਼ਰੀ ਤੋਂ ਸ਼ੁਰੂ ਕਰਾਂਗੇ। ਜੇ ਇਹ ਨਾ ਹੋਵੇ, ਜੇ ਸਾਨੂੰ ਇੰਨਾ ਮਾਣ ਨਾ ਮਿਲੇ ਤਾਂ ਮੈਂ ਕਹਿੰਦਾ ਵੀ ਹੋ ਸਕਦਾ, ਪਰ ਪ੍ਰਭਾਵ ਜਿੰਨਾ ਹੁਣ ਮੈਂ ਲਿਖ ਰਿਹਾ ਜੀ, ਕਾਹ ਤੋਂ ਤੇਰਾ ਹੋ ਗਿਆ ਮੰਦੜਾ ਹਾਲ ਪੈ, ਉੱਥੇ ਵੀ ਗਾ ਕੇ ਆ, ਕੈਨੇਡਾ ਵੀ ਗਾ ਕੇ ਆਇਆ। ਹਾਂ, ਮੈਂ ਤੇ ਮੇਰੇ ਵੱਡੇ ਭਾਈ ਸਾਹਿਬ ਨਾਲ ਜੀ ਸਾਰੇ ਵਿਸ਼ਿਆਂ ਨੂੰ ਛੋਹ ਰਹੇ ਹਾਂ ਅਸੀਂ ਜੀ, ਬਹੁਤ ਵਧੀਆ। ਤੇ ਮੈਂ ਰੱਖੂ ਆਪਦਾ ਇਹ ਜਿਹੜਾ ਹੈ ਆਪਣਾ ਵਿਧਾ ਕਵਿਛਰੀ ਨੂੰ ਹੀ ਜਾਂ ਬੋਲੀਆਂ ਜਾਂ ਕਵਿਛਰੀ। ਦੋਸਤੋ ਬਹੁਤ ਵਧੀਆ ਗੱਲਾਂ ਨੇ, ਅਤੇ ਸਮਾਂ ਕਿਉਂਕਿ ਬਹੁਤ ਨੇੜੇ ਆ ਰਿਹਾ, ਡਾਕਟਰ ਸਾਹਿਬ ਕੋਈ ਜਾਂਦੇ ਜਾਂਦੇ ਸਾਡੇ TV16 ਟਰਾਂਟੋ ਦੇ ਦਰਸ਼ਕਾਂ ਨੂੰ ਸ਼ਰੋਤਿਆਂ ਨੂੰ ਕੋਈ ਸੁਨੇਹਾ ਅਤੇ ਕੋਈ ਤੁਹਾਡੇ ਭਵਿੱਖ ਦੀਆਂ ਤੁਹਾਡੀਆਂ ਜਿਹੜੀਆਂ ਹੋਣ ਕਿ ਮੈਂ ਆਹ ਕੁਛ ਕਰਨਾ ਚਾਹੁੰਦਾ, ਮੈਂ ਇਸ ਫੀਲ ਜਾ ਕਰਨਾ ਚਾਹੁੰਦਾ, ਕੋਈ ਉਹੋ ਜਿਹੀ ਗੱਲਾਂ ਸਾਡੇ? ਮੈਂ ਕੈਨੇਡਾ ਤੋਂ ਹੁਣੇ ਵਾਪਸ ਆਇਆ ਜੀ, ਇੰਗਲੈਂਡ ਵੀ ਜਾਇਆ, ਆਸਟ੍ਰੇਲੀਆ ਵੀ ਜਾਇਆ ਜੀ। ਮੈਂ ਉੱਥੇ ਵੇਖਦਾ ਵੀ ਜੋ ਗੁਰੂ ਨਾਨਕ ਪਾਤਸ਼ਾਹ ਇੱਥੇ ਸਿੱਖਿਆ ਦੇ ਕੇ ਗਏ ਆ ਜੀ, ਇੱਥੇ ਤਾਂ ਲਾਗੂ ਨਹੀਂ ਹੁੰਦੀ ਅਤੇ ਉੱਥੇ ਲਾਗੂ ਹੋ ਰਹੀ। ਬਿਲਕੁਲ, ਇੱਥੇ ਲੋਕ ਦਸਾਂ ਨੌਹਾਂ ਦੀ ਮਿਹਨਤ ਵੀ ਨਹੀਂ ਕਰਦੇ, ਬਾਹਰ ਲੋਕ 20 ਨੌਹਾਂ ਦੀ ਮਿਹਨਤ ਕਰਦੇ ਨੇ। ਮੈਂ ਸਿੱਖਿਆ ਨਹੀਂ ਦੇ ਰਿਹਾ, ਮੈਂ ਤਾਂ ਇਹੀ ਕਹਿ ਰਿਹਾ ਵੀ ਜੋ ਗੁਰੂ ਨਾਨਕ ਸਾਹਿਬ ਸਿੱਖਿਆ ਦੇ ਗਏ ਲੋਕੋ ਉਹਨੂੰ ਹੀ ਮੰਨ ਲਓ, ਬਿਲਕੁਲ ਉਹ ਕਿਸੇ ਘੱਟ ਨਹੀਂ। ਦੂਜੀ ਗੱਲ, ਤੁਸੀਂ ਕਿਤਾਬਾਂ ਨਾਲ ਦੋਸਤੀ ਰੱਖੋ, ਜੇ ਸਭ ਤੋਂ ਵਧੀਆ ਟੀਚਰ ਆ ਉਹ ਕਿਤਾਬਾਂ, ਉਹ ਕਿਤਾਬਾਂ, ਜੇ ਵਧੀਆ ਮਿੱਤਰ ਆ ਉਹ ਕਿਤਾਬਾਂ, ਜੇ ਕਿਸੇ ਦੀ ਵਧੀਆ ਮਸ਼ਹੂਰਤ ਆ ਉਹ ਕਿਤਾਬਾਂ, ਮਾਂ ਪਿਓ ਸਾਰਾ ਕੁਛ ਕਿਤਾਬਾਂ ਹੀ ਕਿਤਾਬਾਂ ਨੇ। ਕਿਆ ਬਾਤ ਹੈ, ਜਾਣੀ ਕਿਤਾਬਾਂ ਦੇ ਨਾਲ ਜਿਹਨੇ ਯਾਰੀ ਲਾ ਲਈ, ਲਾ ਕਿਤਾਬਾਂ ਦੇ ਨਾਲ ਯਾਰੀ, ਕਹਿੰਦਾ ਭਰੇਗਾ ਨਿੱਤ ਉੱਚੀ ਉਡਾਰੀ, ਇਹ ਮੇਰਾ ਆਪਦਾ ਸਲੋਗਨ ਆ। ਕਦੇ ਮਾਂ ਨੂੰ ਨਾ ਭੁੱਲੋ, ਪੰਜਾਬੀ ਮਾਂ ਤਿੰਨ ਮਾਤਾ ਨੇ ਜਿੰਨਾ ਤੱਕ ਮੈਨੂੰ ਗਿਆ ਨਾ, ਮਾਂ ਜਨਮ ਦੇਣ ਵਾਲੀ, ਧਰਤੀ ਮਾਂ, ਪੰਜਾਬੀ ਬੋਲੀ ਮਾਤਾ, ਜਿਹੜਾ ਇਹਨਾਂ ਨੂੰ ਭੁੱਲ ਜਾਂਦਾ ਉਹਦੀ ਆਤਮਾ ਫਿਰ ਉਹਦਾ ਗਲ ਘੁੱਟਣ ਲੱਗ ਜਾਂਦਾ। ਮੇਰੀਆਂ ਜਿੰਨੀਆਂ, ਕਿਉਂਕਿ ਮੇਰੇ ਕੋਲ ਜਿਹੜੇ ਪੁਲਿਸ ਅਫਸਰ ਦਵਾਈਆਂ ਲੈਣ ਆਉਂਦੇ ਨੇ, ਮੈਨੂੰ ਪਤਾ ਵੀ ਉਹ ਅੰਦਰੋਂ ਅੰਦਰੀ ਕਿਵੇਂ ਮਰੇ, ਕਿਵੇਂ ਕੱਸੇ ਹੋਏ, ਉਹ ਸਿਰਫ ਪੀੜੇ ਹੋਏ ਜਿਹੜੇ ਬੇਦੋਸ਼ੇ ਨੇ, ਬੇਦੋਸ਼ ਨਾ ਨਾ, ਜਿਨ੍ਹਾਂ ਦੇ ਬੇਦੋਸ਼ਿਆਂ ਨੂੰ ਮਰਡਰ ਕੀਤਾ ਆਪਦੇ ਸਤਾਰਾਂ ਵਾਸਤੇ ਪੀਤੀਆਂ ਨੇ। ਮੈਂ ਇੱਕ ਨਾਵਲ ਵੀ ਲਿਖ ਰਿਹਾ ਉਹਨਾਂ ਦੀ, ਹੌਲੀ ਹੌਲੀ ਉਹਦਾ ਵੀ ਉਹ ਮਾਨਸਿਕ ਪੀੜਾ ਕਿੰਨੀ ਭੋਗ ਰਹੇ ਨੇ, ਅਸੀਂ ਤਾਂ ਬਾਹਰਲੀ ਦਿੱਖ ਵੇਖੀ ਜਾਂਦੇ, ਉਹ ਬਹੁਤ ਮਤਲਬ ਮਾਨਸਿਕ ਤੌਰ 'ਤੇ ਸੰਤਾਪ ਭੋਗ ਰਹੇ ਨੇ। ਬਿਲਕੁਲ ਬਿਲਕੁਲ, ਜਦੋਂ ਤੁਸੀਂ ਕਾਮ ਕ੍ਰੋਧ ਲੋਭ ਮੋਹਕਾਰ ਇਹ ਸਾਨੂੰ ਪੰਜੇ ਹੀ ਫਸਾਉਂਦੇ ਆ, ਬਿਲਕੁਲ ਬਿਲਕੁਲ, ਏਡ 'ਚ ਘਰ ਬੈਠਿਆਂ ਨੂੰ ਨਹੀਂ ਹੁੰਦੀ, ਨਹੀਂ ਹੁੰਦੀ, ਜਦੋਂ ਕਾਮ ਦੇ ਟੈਂਪੂ 'ਤੇ ਚੜ੍ਹ ਕੇ ਗਲਤ ਥਾਂ 'ਤੇ ਜਾਂਦਾ ਫਿਰ ਏਡ 'ਚ, ਫਿਰ ਹੀ ਸਾਰਾ, ਜਦੋਂ ਲੋਭ ਦੇ ਪੱਖ 'ਚ ਆਉਂਦਾ ਫਿਰ ਭਰਾ ਤੱਕ ਦਾ ਕਤਲ ਕਰ, ਬਿਲਕੁਲ ਬਿਲਕੁਲ, ਮੋਹ 'ਚ ਸਾਰੀ ਇਹ ਗੱਲ ਆ। ਗੁਰੂ ਨਾਨਕ ਸਾਹਿਬ ਨੇ ਸੰਜਮ 'ਤੇ ਜ਼ੋਰ ਦਿੱਤਾ ਜੀ, ਬਿਲਕੁਲ। ਸੋ ਦੋਸਤੋ, ਸਮਾਂ ਇਜਾਜ਼ਤ ਨਹੀਂ ਦਿੰਦਾ, ਡਾਕਟਰ ਸਾਹਿਬ ਤੋਂ ਇਜਾਜ਼ਤ ਲੈਣੀ ਪੈਣੀ ਆ, ਅਤੇ ਅਗਲੀ ਵਾਰੀ ਫਿਰ ਕਿਸੇ ਇਹੋ ਜਿਹੀ ਪਰਸਨੈਲਿਟੀ, ਇਹੋ ਜਿਹੀ ਸ਼ਖਸੀਅਤ, ਇਹੋ ਜਿਹੇ ਬਸ਼ਰ ਦੇ ਨਾਲ ਜਿਹੜਾ ਆਪਣੇ ਆਪ ਦੇ ਵਿੱਚ ਇੱਕ ਬੰਦਾ ਨਹੀਂ ਸਗੋਂ ਇੱਕ ਸੰਸਥਾ ਦੇ ਤੌਰ 'ਤੇ ਕੰਮ ਕਰ ਰਿਹਾ, ਜਿਹਦਾ ਸਮਾਜ ਦੇ ਵਿੱਚ, ਸਮਾਜ ਲਈ ਜਿਹੜੇ ਦਿਨੋਂ ਦਿਨੋਂ ਕੰਮ ਕਰ ਰਿਹਾ, ਕਰਨਾ ਚਾਹੁੰਦੇ ਆ, ਔਰ ਇਸ ਉਮਰ ਦੇ ਵਿੱਚ ਆ ਕੇ ਵੀ ਉਹ ਜੋਸ਼, ਉਹ ਥਰਮ, ਉਹ ਸੰਜੀਦਗੀ ਇਸੇ ਤਰ੍ਹਾਂ ਕਾਇਮ ਆ। ਸੋ ਨੈਕਸਟ ਵਾਰ
अगली बार अगले मौके अगले एपीसोड फिर यह परसनैलिटी लैके मैं तो अपना वीर जरूर आवांगा। ख्याल रखियो, रब राखा, शबा खैर।